ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕਉ ਸੰਤ ਜਪਾਵੈ ਨਾਮ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਜੀ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਜੀ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਜੀ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਜੀ
हम संतन की शरणा जी, संतन की शरणा जी, हम संतन की शरणा जी, हम संतन की शरणा जी। हम संतन की शरणा जी, संतन की शरणा जी, संतन की शरणा जी, हम संतन की शरणा जी। हम संतन की रेण प्यारे, हम संतन की शरणा, हम संतन की रेण प्यारे, हम संतन की शरणा जी। हम संतन की रेण प्यारे, हम संतन की शरणा, संत हमारी ओट सतानी, संत हमारा गहना, हम संतन स्यों बन आई, पूर्व लिखिया पाई, ताहे मन तेरा पाई, संतन स्यों मेरी लेवा देही, संतन स्यों ब्योहारा, संतन स्यों हमला खाटिया, हर भगत परे भंडारा, संतन मोको पूंजी सौंपी, ता उतरियो मन का धोखा, धर्म राय अब कहां करै गो, जो फाट्यो सगल्यो लेखा, महा आनंद पए सुख पाया, संतन कै प्रसादे, कहो नानक हर स्यो मन मानिया, रंग रते बिस्मादे। परम सत्कारयोग गुरु रूप खालसा सतसंग जीओ, वाहिगुरु जी का खालसा वाहिगुरु जी की फतेह। जुगो जुग अटल, धन 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 साहेब। श्री गुरु ग्रंथ साहिब महाराज जी की पवित्र पावन हजूरी अंदर जो कि ਸਵਰਗਵਾਸੀ ਭਾਈ ਸਾਹਿਬ ਭਾਈ ਮਨਜੀਤ ਸਿੰਘ ਮਠਾੜੂ ਸਮੂਹ ਪਰਿਵਾਰ ਸਮੂਹ ਲੁਧਿਆਣੇ ਲੁਧਿਆਣੇ ਦੀ ਸੰਗਤ ਮਿਲ ਕਰਕੇ ਹਰ ਸਾਲ ਧੰਨ 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 ਸੰਤ ਮਹਾਰਾਜ ਰਣਜੀਤ ਸਿੰਘ ਬ੍ਰਗਤ ਪੰਜ ਗਾਈਆਂ ਵਾਲੇ ਜਿਨ੍ਹਾਂ ਨੇ 2002 ਸੰਨ ਦੇ ਵਿੱਚ
ਇਸੇ ਸਥਾਨ ਤੇ ਆਪਣਾ ਸਰੀਰ ਪਰਿਤਿਆਗ ਕੀਤਾ ਸੀ। ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਹਰ ਸਾਲ ਸਮਾਗਮ ਮਨਾਇਆ ਜਾਂਦਾ ਹੈ। ਪਰਸੋਂ ਰੋ ਰੋ ਲੈ ਕੇ ਧੁਰਕੀ ਬਾਣੀ ਆਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ, ਜਿਨ੍ਹਾਂ ਦੇ ਸਵੇਰੇ ਭੋਗ ਪਏ ਹਨ। ਭੋਗ ਦੀਵਾਨ ਸਜੇ ਹਨ। ਥੋੜ੍ਹੇ ਹੀ ਸਮੇਂ ਦੇ ਵਿੱਚ ਮਹਾਂਪੁਰਸ਼ ਗੁਰੂ ਮਹਾਰਾਜ ਪਵਿੱਤਰ ਪਾਵਨ ਹਜ਼ੂਰੀ ਅੰਦਰ ਪਹੁੰਚਣ ਹੀ ਵਾਲੇ ਹਨ। ਸਾਰੇ ਹੀ ਮਾਈ ਭਾਈ ਜੋ ਵੀ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ ਜਾਂ ਇੱਧਰ ਉੱਧਰ ਖੜ੍ਹੇ ਹਨ, ਸਾਰੇ ਹੀ ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਪਹੁੰਚ ਕਰਕੇ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਦੇ ਸਵਾਸਥਾਂ ਨੂੰ ਸਫਲੇ ਬਣਾਓ। ਆਪ ਮੁਕਤ ਮੋਹਿ ਤਾਰੀ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਐਸੇ 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 ਗੁਰਾਂ ਤੋਂ ਬਲ ਬਲ ਜਾਈਏ। ਬਲ ਬਲ ਜਾਈਏ। ਐਸੇ ਗੁਰਾਂ ਤੋਂ ਬਲ ਬਲ ਜਾਈਏ। ਐਸੇ ਗੁਰਾਂ ਤੋਂ ਬਲ ਬਲ ਜਾਈਏ। ਤੂੰ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਮੁਕਤ ਮੋਹਿ ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਮੁਕਤ ਮੋਹਿ ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਤਾਰੇ ਜੀ ਐਸਿਆਂ ਗੁਰਾਂ ਤੋਂ ਬਲ ਬਲ ਜਾਈਏ। ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ ਕਵਨ 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 ਗੁਣ ਕਹੀਏ ਅੰਤ ਨਹੀਂ ਕਿਛ ਪਾਰੇ।
लाख 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 कई कोरै को है ऐसो विचार विषम 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 ही पई है लाल गुलाल रंगारे कहो नानक संतन रस आई है ज्यो चाख गुंगा मुस्कारे परम सत्कार्यो गुरु रूप खालसा सत्संग जीओ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਮਹਾਂਪੁਰਸ਼ ਪਹੁੰਚ ਚੁੱਕੇ ਹਨ ਸਬਤ ਮਾਈ ਭਾਈ ਮਹਾਂਪੁਰਸ਼ਾਂ ਤੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਦੇ ਸਵਾਸਾਂ ਨੂੰ ਸਫਲੇ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿ ਸੰਗਤ ਜੀ, ਜੋ ਵੀ ਮਾਈ ਭਾਈ ਆਪ ਸਾਰੇ ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ, ਸਾਰੇ ਹੀ ਕੁਛ ਸਮੇਂ ਵਾਸਤੇ ਆਪਣੇ ਸਮੇਂ ਨੂੰ ਸਫਲਾ ਬਣਾਈਏ। ਜਿਨ੍ਹਾਂ ਪ੍ਰੇਮੀਆਂ ਪਾਸ ਮੋਬਾਈਲ ਨੇ, ਆਪਣੇ ਮੋਬਾਈਲ ਪਹਿਲਾਂ ਹੀ ਬੰਦ ਰੱਖਿਓ, ਸੰਗਤ 'ਚ ਬੈਠ ਕੇ ਸੁਣਨ ਦੀ ਖੇਚਲ ਨਾ ਕਰਿਓ। ਤਾਂ ਕਰਕੇ ਆਪਣੇ ਕੋਲ ਅੱਧਾ ਪੌਣਾ ਘੰਟਾ ਹੈ, ਸਾਰਿਆਂ ਨੇ ਹੀ ਧਿਆਨ ਦੇ ਨਾਲ ਲਾਭ ਉਠਾਉਣਾ ਹੈ। ਮੋਹਿਨਾ ਬਿਸਾਰੋ ਪ੍ਰਭ ਜੀ ਮੋਹੇ ਨਾਮ ਸਾਰੋ ਮੈਂ
ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕਪਾਂਤੀ ਰਾਮ ਸਿਆਂ ਜੀ ਕੇ ਜੀਵਨਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਮੇਰੀ ਹਰ ਹੋ ਬਿਪ ਜਨ ਕਰੋ ਸੰਭਾਈ ਚਰਨਾ ਛਾਡੋ ਸਰੀਰ ਕਲ ਜਾਈ ਕਰਮ ਦਾਸ ਪਰੋ ਤੇਰੀ ਸੰਭਾ ਬੇਗ ਮਰੀ ਜੈ ਜਨ ਕਰਮਾ ਵਿਲੰਬਾ ਮੈਨੂੰ ਰੱਖੀ ਚਰਨਾਂ ਦੇ ਨਾਲ ਜੋੜ ਕੇ ਪਿਆਰੇ ਜੀ ਹੋ ਮੇਰੀ
ਪਰਮ ਗੁਰੂ ਰੂਪ ਸਰਬਸਾ ਸੰਗਤ ਜੀ ਆ, ਜੋ ਵੀ ਮਾਈ ਭਾਈ ਆਪ ਸਾਰੇ ਦਸਾਂ ਪਾਤਸ਼ਾਹਾਂ ਦੀ ਜੋਤ ਸ਼ਬਦ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ। ਸਾਰੇ ਹੀ ਕੁਛ ਸਮੇਂ ਵਾਸਤੇ ਬਾਹਰੋਂ ਖਿਆਲਾਂ ਨੂੰ ਰੋਕ ਕੇ ਗੁਰੂ ਬਾਬਾ ਜੀ ਦੇ ਵਿਚਾਰ ਸਰਵਣ ਕਰਨ ਦੀ ਕੋਸ਼ਿਸ਼ ਕਰੀਏ। ਜਿਸ ਇਨਸਾਨ ਨੂੰ ਇੱਛਾ ਹੁੰਦੀ ਹੈ, ਕਿਸੇ ਨੇ ਪੜ੍ਹਨਾ ਹੈ, ਕਿਸੇ ਨੇ ਕੋਈ ਕੰਮ ਕਰਨਾ, ਇੱਛਾਵਾਨ ਨੂੰ ਆਪਣੀ ਤਲਾਸ਼ ਆਪ ਕਰਨੀ ਪੈਂਦੀ ਹੈ। ਜੇ ਅਸੀਂ ਵੀ ਸਤਸੰਗ 'ਚ ਆਏ ਹਾਂ, ਭਾਵੇਂ ਜਗ੍ਹਾ ਥੋੜ੍ਹੀ ਹੈ, ਜਗ੍ਹਾ ਥੋੜ੍ਹੀ ਹੋਣ ਕਰਕੇ ਜਿਹੜਾ ਵੀ ਕੋਈ ਮੱਥਾ ਟੇਕਣ ਆਵੇਗਾ, ਆਪਾਂ ਉਹਦੇ ਵੱਲੀ ਦੇਖਾਂਗੇ ਤਾਂ ਜਿਹੜਾ ਸਾਡਾ ਆਪਦਾ ਕੰਮ ਹੈ ਉਹ ਅਸਬੰਝਾ ਰਹਿ ਜਾਵੇਗਾ। ਕਿਉਂਕਿ ਜਿਹੜਾ ਇਨਸਾਨ ਕੋਈ ਵੀ ਕੰਮ ਕਰਦਾ ਹੈ, ਭਾਵੇਂ ਜਿੰਨੇ ਮਰਜ਼ੀ ਕੋਈ ਆਈ ਜਾਵੇ ਜਾਈ ਜਾਵੇ, ਅਸੀਂ ਆਪਦੇ ਆਪ ਨੂੰ ਦੇਖਣਾ ਹੈ। ਉਹਦੇ ਨਾਲ ਇਹ ਸਮਝ ਲੈ ਸਕਦਾ, ਜੇ ਅਸੀਂ ਇੰਨੇ ਮੋਟੇ ਕੰਮ ਦੇ ਵਿੱਚ ਧਿਆਨ ਨਹੀਂ ਨਾ ਰੋਕ ਸਕਦੇ, ਤਾਂ ਜੇ ਅਸੀਂ ਨੇਤਰਬੰਦ ਕਰਕੇ ਸਿਮਰਨ 'ਚ ਜੁੜਾਂਗੇ ਤਾਂ ਸਾਡਾ ਉਹ ਵੀ ਕਦੇ ਜੁੜੇਗਾ ਨਹੀਂ। ਇਹ ਵੀ ਇੱਕ ਸਮਝ ਲਓ ਤੁਸੀਂ ਪੇਪਰ ਨੇ, ਕੋਈ ਆ ਗਿਆ ਕੋਈ ਚਲਿਆ ਗਿਆ, ਤੁਸੀਂ ਆਪਦੇ ਕੰਮ ਨੂੰ ਫੜ ਕੇ ਰੱਖਣਾ ਇਹਦੇ ਵਿੱਚ। ਜੇ ਇਹਦੇ 'ਚ ਸੁਭਾਅ ਪੱਕ ਗਿਆ ਸਾਡਾ, ਫਿਰ ਆਸਤੇ ਆਸਤੇ ਜਦੋਂ ਅਸੀਂ ਕਮਰੇ 'ਚ ਬੈਠ ਕੇ ਕਦੇ ਸਿਮਰਨ ਕਰਾਂਗੇ ਕਿਸੇ ਜਗ੍ਹਾ, ਤਾਂ ਸਾਡਾ ਮਨ ਉਸ ਵੇਲੇ ਜੁੜੇਗਾ। ਮਨ ਨਾ ਜੁੜਨ ਦੇ ਕਾਰਨ ਕਈ ਹੁੰਦੇ ਨੇ, ਜਿਵੇਂ ਅਸੀਂ ਕਿਹੋ ਜਿਹੇ ਲੋਕ ਚੰਚਲਤਾਈ ਨਾਲ ਜ਼ਿਆਦਾ ਗੱਲਾਂ ਕਰਾਂਗੇ। ਜਿਹੜੇ ਲੋਕ ਜ਼ਿਆਦਾ ਚੰਚਲਤਾਈ ਨੇ, ਭਾਸ਼ਣਾਂ ਦੇ ਭਰੇ ਹੋਏ ਨੇ, ਤੁਸੀਂ ਉਹਨਾਂ ਨਾਲ ਭਾਵੇਂ ਕੰਟੈਕਟ ਰੱਖਦੇ ਹੋ, ਆਪਦੇ ਸੰਪਰਕ ਰੱਖਦੇ ਹੋ, ਤੁਸੀਂ ਨਾਲ ਸਿਮਰਨ ਵੀ ਕਰੀ ਜਾਂਦੇ ਹੋ, ਸਿਮਰਨ 'ਚ ਮਨ ਨਾ ਟਿਕਣ ਦਾ ਕਾਰਨ ਇਹ ਵੀ ਹੋ ਜਾਂਦਾ। ਇਨਸਾਨ ਮਿਹਨਤ ਵੀ ਪੂਰੀ ਕਰਦਾ,
ਮਿਹਨਤ ਕਰਕੇ ਉਹਨੂੰ ਫਲ ਨਾ ਮਿਲਣਾ, ਉਹਦਾ ਮਨ ਬੇਚੈਨ ਹੋਣਾ ਪਾਠ ਦੇ ਟਾਈਮ, ਉਹਦਾ ਕਾਰਨ ਦੂਜਾ ਇਹ ਵੀ ਹੁੰਦਾ ਹੈ। ਭਾਵੇਂ ਅਸੀਂ ਉਹਨਾਂ ਨਾਲ ਜੇ ਵਰਤਣਾ ਵੀ ਹੈ ਤਾਂ ਵੀ ਵਰਤੋ, ਪਰ ਇਹ ਹੈ ਜਿਹੜੇ ਚੰਗੇ ਗੁਰਸਿੱਖ ਗੁਰਮੁਖ ਨੇ ਨਾਮ ਬਾਣੀ ਦੇ ਰਸੀਏ, ਉਹਨਾਂ ਨਾਲ ਸੇਵਾ ਭਾਵਨਾ ਵਾਲਿਆਂ ਨਾਲ ਪਿਆਰ ਰੱਖਾਂਗੇ, ਉਹਦੇ ਨਾਲ ਕੀ ਹੋਵੇਗਾ, ਉਹਨਾਂ ਦੇ ਨਾਲ ਪਿਆਰ ਕੀਤਾ ਹੋਇਆ ਸਾਨੂੰ ਇਸ ਚੀਜ਼ ਦੇ ਵਿੱਚ ਮਹਿਸੂਸ ਹੋਵੇਗਾ ਵੀ ਜਦੋਂ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਟਿਕੇਗਾ, ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਅਸੀਂ ਆਪਦੇ ਮਨ ਦੇ ਨਾਲ ਛਾਂਟ ਮੀਟ ਕਰਨੀ ਹੈ। ਜੇ ਸਾਡੇ ਮਨ ਦੇ ਨਾਲ ਛਾਂਟ ਮੀਟ ਨਹੀਂ ਕਰ ਸਕਦੇ, ਜੇ ਹੁਣ ਮਠਿਆਈ ਖਾਣ ਨੂੰ ਵੀ ਜੀਅ ਕਰਦਾ, ਕੋਈ ਚੌਂਕ ਦੇ ਵਿੱਚ ਰੇਹੜੀ ਲਾਈ ਖੜਾ, ਮੱਖੀਆਂ ਉੱਤੇ ਮਣਾ ਮੰਗੋ ਬੈਠੀਆਂ ਨੇ, ਉਹਦੇ ਵਿੱਚ 10 ਬੰਦੇ ਰੋਕ ਰਹੇ ਨੇ, ਨਾਨ ਬਈ ਨਾ ਮਠਿਆਈ ਇੱਥੋਂ ਨਹੀਂ ਖਾਣੀ, ਤੂੰ ਮਠਿਆਈ ਹੋ ਚੰਗੀ ਦੁਕਾਨ ਤੋਂ ਲਵਾਂਗੇ, ਕਿਉਂਕਿ ਸਾਨੂੰ ਦਿਸ ਰਹੀਆਂ ਨੇ ਮੱਖੀਆਂ, ਜਿਹੜੀਆਂ ਅਸੀਂ ਮੱਖੀਆਂ ਆਪ ਚ ਮੇੜੀਆਂ ਨੇ ਆਪਦੇ ਆਲੇ ਦੁਆਲੇ ਉਹਦਾ ਦਿਸਦੀਆਂ ਨੇ। ਤਾਂ ਕਰਕੇ ਗੁਰੂ ਜੀ ਕਹਿੰਦੇ ਭਾਈ ਉਹ ਮਨ ਦੇ ਵਿਸ਼ੇ ਤੇ ਸੋਚ ਵਿਚਾਰ ਪੈਦਾ ਕਰਕੇ ਵੀ ਅਸੀਂ ਜਿਹੜੇ ਕੰਮ 'ਚ ਲੱਗਦੇ ਹਾਂ ਅਸੀਂ ਕਾਮਯਾਬ ਕਿਉਂ ਨਹੀਂ ਹੁੰਦੇ, ਜਦੋਂ ਉਹ ਵਿਚਾਰ ਕਰ ਲਵਾਂਗੇ ਗੁਰੂ ਸਾਡੇ 'ਤੇ ਕਿਰਪਾ ਕਰੇਗਾ, ਕਿਉਂਕਿ ਮਨ ਰੁਕਦਾ ਨਹੀਂ, ਮਨ ਦੀ ਗਤੀ ਬਹੁਤ ਤੇਜ਼ ਹੈ, ਮਨ ਆਹ ਪਲ 'ਚ ਹੋਰ ਸੋਚਦਾ, ਦੂਸਰੇ ਪਲ ਵਿੱਚ ਹੋਰ ਸੋਚਦਾ, ਭਾਵੇਂ ਜੇ ਬਾਣੀ ਪੜ੍ਹਦਾ ਬਾਣੀ ਪੜ੍ਹਦਾ ਵੀ ਬੇਅੰਤ ਗੱਲਾਂ ਸੋਚਦਾ, ਭਾਵੇਂ ਇਹੀ ਸੋਚੀ ਜਾਂਦਾ ਮੈਂ ਹੋਰ ਬਾਣੀ ਪੜ੍ਹਾਂਗਾ ਮੈਂ ਕਰਾਂਗਾ, ਇਹ ਵੀ ਸੋਚ ਬੰਦ ਕਰਨੀ ਪੈਂਦੀ ਹੈ, ਇਹ ਵੀ ਸੋਚ ਨਹੀਂ ਰੱਖਣੀ ਪੈਂਦੀ। ਤਾਂ ਕਰਕੇ ਜਿਹੜੀ ਇਹ ਹੈ ਮਨ ਦੀ ਗਤੀ, ਇਹਨੂੰ ਗੁਰੂ ਜੀ ਰੋਕਣ ਵਾਸਤੇ ਕਹਿੰਦੇ ਜਿਹੋ ਜਿਹੇ ਖਿਆਲਾਂ 'ਚ ਫਿਰ ਇਨਸਾਨ ਜਾਂਦਾ ਹੈ ਵੈਸੇ ਹੀ ਇਹ ਚੀਜ਼ਾਂ ਇਹਨੂੰ ਦੁਖਦਾਈ ਕਰਦੀਆਂ ਨੇ। ਗੁਰੂ ਜੀ ਕਹਿੰਦੇ ਕਬੀਰ ਮਨ ਪੰਖੀ ਪਿਆ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਖਾਏ। ਜਿਹੜਾ ਜਿਹੋ ਜਿਹੇ ਵਿਚਾਰ ਰੱਖਦਾ, ਜਿਹੋ ਜਿਹੇ ਵਿਚਾਰ ਵਾਲਿਆਂ ਨਾਲ ਸਾਂਝ ਰਿਸ਼ਤੇ ਜ਼ਿਆਦਾ ਜੜਾਉਂਦਾ, ਉਹ ਇਹੋ ਜਿਹੇ ਇਹਦੇ ਖਿਆਲ ਬਣਦੇ ਰਹਿਣਗੇ। ਤਾਂ ਕਰਕੇ ਗੁਰੂ ਨੂੰ ਦੋਸ਼ ਨਾ ਦੇਵੇ ਮੇਰਾ ਮਨ ਨਹੀਂ ਟਿਕਦਾ, ਗੁਰੂ ਨੂੰ ਦੋਸ਼ ਇਹ ਨਾ ਦੇਵੇ ਮੇਰਾ ਮਨ ਕਦੇ ਤਰੱਕੀ 'ਚ ਨਹੀਂ ਆਇਆ, ਮੈਂ ਉਹ ਵਾਸ਼ਨਾ ਦੇ ਵਿੱਚ ਹੀ ਡੁੱਬਿਆ ਹੋਇਆ ਹਾਂ, ਆਪਦੀ ਉੱਠਣੀ ਬੈਠਣੀ ਦੇਖੇ ਵੀ ਮੈਂ ਕਰਦਾ ਕੀ ਹਾਂ। ਜਦੋਂ ਅਸੀਂ ਆਪਦੇ ਮੰਜੇ ਥੱਲੇ ਸੋਟੀ ਮਾਰਾਂਗੇ ਗੁਰੂ ਕਿਰਪਾ ਕਰੇਗਾ। ਬਾਬਾ ਫਰੀਦ ਇੱਕ ਜਗ੍ਹਾ ਫਰਮਾਨ ਕਰਦੇ ਨੇ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨਿਵਾ ਕਰ ਦੇਖ। ਬਾਬਾ ਫਰੀਦ ਕਹਿੰਦਾ ਹੈ ਵੀ ਅਬ ਜਿਹੜੇ ਖਿਆਲਾਤ ਨੇ ਇਹਨਾਂ ਦੀ ਬਾਬਤ ਵੀ ਜਿਹੜੇ ਖਿਆਲ ਨੇ ਇਨਸਾਨ ਨੂੰ ਪਤਾ ਹੈ ਵੀ ਆ ਪੁੰਨ ਨੇ ਆ ਪਾਪ ਨੇ, ਕਿਸੇ ਦੀ ਬੁਰਿਆਈ ਕਰਨੀ ਇਹ ਵੀ ਪਾਪ ਹੈ, ਜੇ ਲੰਗਰ ਵਿੱਚੋਂ ਬਣਿਆ ਹੋਇਆ ਭੋਜਨ ਆਪ ਪਾ ਕੇ ਖਾਓ ਇਹ ਵੀ ਪਾਪ ਹੈ, ਦੂਜੇ ਚਾਹ ਜਿਹੜੀ ਵਰਤ ਰਹੀ ਹੈ ਤੁਸੀਂ ਲੰਗਰ ਵਿੱਚੋਂ ਜਾ ਕੇ ਆਪਣੀਆਂ ਸਪੈਸ਼ਲ ਚੀਜ਼ਾਂ ਬਣਾਓਗੇ ਇਹ ਵੀ ਪਾਪ ਹੈ, ਕਿਉਂ ਜੇ ਤੁਹਾਡੇ 'ਚ ਹੋਮੇ ਆ ਤਾਂ ਦੂਜਿਆਂ ਨੂੰ ਭੰਨ ਕੇ ਕੰਮ ਕੀਤਾ, ਇਹ ਤੁਹਾਨੂੰ ਬਿਮਾਰੀਆਂ ਨੇ, ਇਹਦੇ ਨਾਲ ਤੁਹਾਡਾ ਨਾ ਘਰ ਬਿਸਮੇ ਨਾ ਆਪ ਗਲੀ 'ਚ ਰਹਿੰਦਾ, ਕੁੱਤਾ ਵੀ ਪੇਟ ਭਰ ਲੈਂਦਾ, ਪੇਟ ਭਰਨੀ ਗੱਲ ਹੋਰ ਹੈ, ਗਿਆਨ ਕੁਛ ਹੋਰ ਕਹਿ ਰਿਹਾ। ਇਹ ਤਾਂ ਸਾਰੀ ਜ਼ਿੰਦਗੀ ਸੂਰ ਗੰਦਗੀ ਲੱਭਦਾ ਲਫਰ ਜਾਂਦਾ, ਸੂਰ ਸਾਰੀ ਦਿਹਾੜੀ ਗੰਦਗੀ ਲੱਭ ਕੇ ਆਪਦਾ ਪੇਟ ਭਰਦਾ, ਜੇ ਉਹਨੇ ਪੇਟ ਭਰ ਕੇ ਮਰਨ ਵੇਲੇ ਕਿਹਾ ਵੀ ਮੈਂ ਬੜਾ ਤੰਦਰੁਸਤ ਭੋਜਨ ਖਾਧਾ ਹੈ, ਉਹਦੀ ਗਤੀ ਕੀ ਹੋਵੇਗੀ। ਕੁੱਤਾ ਦੋ ਰੋਟੀਆਂ ਪਿੱਛੇ ਦਰ ਦਰ ਫਿਰਦਾ,
ਗਲੀਆਂ ਦੇ ਵਿੱਚ ਗੰਦ ਪੰਦ ਖਾਂਦਾ ਹੈ ਅਤੇ ਉਹ ਜੇ ਕੁੱਤਾ ਕਹੇ ਮੈਂ ਸਾਰੀ ਜ਼ਿੰਦਗੀ ਰੋਟੀ ਆਹੀ ਪੜ੍ਹਾਈ ਕੀਤੀ ਹੈ, ਐਵੇਂ ਜਿਵੇਂ ਜਿਹੜੇ ਇਨਸਾਨ ਲੰਗਰ ਦੀ ਬੇਅਬਦੀ ਕਰਦੇ ਨੇ, ਲੰਗਰ ਦੇ ਉੱਤੇ ਮੇਰ ਜਮਾਉਂਦੇ ਨੇ ਜਾਂ ਉਹਨਾਂ ਦੇ ਵਿੱਚ ਵੀ ਜਾ ਕੇ ਇਹ ਚੀਜ਼ਾਂ ਕਰਦੇ ਨੇ, ਉਹਨੂੰ ਕਹਿੰਦੇ ਭਾਈ ਕਾਲੇ ਲੇਖ ਨਾ ਲਿਖ, ਵੀ ਇਹ ਕਾਲੇ ਲੇਖ ਨੇ ਤੇਰੇ, ਕਾਲੇ ਕਰਮ ਲਿਖ ਰਿਹਾ, ਕਾਲੇ ਕਰਮ ਦਾ ਭਾਵ ਪਾਪ ਕਰ ਰਿਹਾ। ਜਿਹੜੇ ਇਹ ਹੈ ਇੱਕ ਗੁਰੂ ਨਾਨਕ ਦੇ ਦਰ 'ਤੇ ਚੀਜ਼ ਚੜ੍ਹੀ ਹੋਈ ਉਹ ਪ੍ਰਸ਼ਾਦ ਬਣਦਾ, ਕਿਸੇ ਨੇ ਗੁਰੂ ਮਹਾਰਾਜ ਅੱਗੇ ਲਿਆ ਕੇ ਮੱਥਾ ਟੇਕ ਦਿੱਤਾ ਉਹ ਪ੍ਰਸ਼ਾਦ ਬਣ ਗਿਆ। ਜਿਹੜੇ ਹੁਣ ਤੁਸੀਂ 10-10 ਰੁਪਈਏ ਭੇਟਾ ਗੁਰੂ ਮਹਾਰਾਜ ਨੂੰ ਦਿੰਦੇ ਹੋ, ਇਹਦੇ ਵਿੱਚੋਂ ਜਾ ਕੇ ਜਿਹੜੇ ਪਦਾਰਥ ਲੰਗਰ ਵਾਸਤੇ ਆਉਣਾ ਉਹ ਲੰਗਰ ਬਣ ਗਿਆ, ਭੋਜਨ ਬਣ ਗਿਆ ਸਾਰਿਆਂ ਵਾਸਤੇ। ਅਤੇ ਇਹਦੇ ਵਿੱਚ ਜਿਹੜੀ ਹੈ ਉਹ ਮਨ ਨੂੰ ਸ਼ਾਂਤੀ ਆਵੇਗੀ। ਜੇ ਇਨਸਾਨ ਇੱਕ ਵੀ ਇਹਨੂੰ ਵਰਤਦਾ ਉਹਦੇ ਵਾਸਤੇ ਜ਼ਹਿਰ ਵਰਜਿਆ ਗਿਆ, ਵੀ ਉਹ ਜ਼ਹਿਰ ਖਾਂਦਾ ਚੋਰੀ, ਉਹ ਜਿਹੜਾ ਇਨਸਾਨ ਇਹਨੂੰ ਖਾਂਦਾ। ਤਾਂ ਕਰਕੇ ਇਹ ਸਾਡੇ ਵਿਧਾਨ ਨੇ, ਗੁਰੂ ਘਰ ਦੇ ਵਿੱਚ ਜਾਣਾ ਅਸੀਂ ਕਿਵੇਂ ਹੈ, ਗੁਰੂ ਘਰ ਦੇ ਵਿੱਚ ਰਹਿਣਾ ਕਿਵੇਂ ਹੈ, ਮਨ ਨੂੰ ਅਸੀਂ ਕਿਵੇਂ ਟਿਕਾਉਣਾ, ਮਨ ਦੇ ਸਾਧਨ ਕੀ ਨੇ। ਜੇ ਅਸੀਂ ਆਪਦੇ ਵੱਲ ਨਹੀਂ ਕਦੇ ਦੇਖਦੇ, ਬਾਬਾ ਫਰੀਦ ਕਹਿੰਦੇ ਜੇ ਤੂੰ ਅਕਲ ਲਤੀਫ, ਜੇ ਤੂੰ ਆਪਦੇ ਆਪ ਨੂੰ ਅਕਲਈਆ ਕਹਾਉਣਾ ਵੀ ਮੈਂ ਬਹੁਤ ਸੂਝਮਾਨ ਆਦਮੀ ਹੈ, ਮੈਂ ਆਪਦੇ ਕੰਮ ਇਸ ਤਰ੍ਹਾਂ ਕਰਦਾ, ਪਰ ਕਹਿੰਦੇ ਆਪਦੇ ਬੰਨੀ ਵੀ ਦੇਖ ਲੈ ਤੂੰ, ਜੇ ਤੂੰ ਇੰਨਾ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਵੀ ਇਹੋ ਜਿਹੇ ਪਾਪ ਨਾ ਕਰ। ਜੇ ਤੂੰ ਇਹਨਾਂ ਚੀਜ਼ਾਂ ਤੋਂ ਆਪਦੇ ਮਨ ਨੂੰ ਰੋਕੇਗਾ, ਹਰੇਕ ਜਗ੍ਹਾ ਦੇਖੇਗਾ, ਖੜ ਕੇ ਸੋਚੇਗਾ ਮੈਂ ਆਪ ਪਾਪ ਕਰ ਰਿਹਾ, ਫਿਰ ਇਹਦੇ ਵਿੱਚ ਤੇਰਾ ਪਾਪ ਤੋਂ ਬਚੇਗਾ। ਪਾਪ ਇੱਕ ਕਿਸਮ ਦਾ ਨਹੀਂ ਹੁੰਦਾ, ਪਾਪ ਜਿਹੜਾ ਇਨਸਾਨ ਈਰਖਾ ਕਰਦਾ ਹੁੰਦਾ ਉਹ ਵੀ ਪਾਪ ਹੀ ਹੁੰਦਾ। ਕਿਸੇ ਵਤੀ ਵਿਰੋਧ ਤਾਂ ਭਾਵੇਂ ਘਰ ਦੇ ਵਿੱਚ ਹੀ ਅਸੀਂ ਵੱਡੇ ਬਜ਼ੁਰਗਾਂ ਨਾਲ ਵਿਰੋਧ ਤਾਂ ਕਰੀ ਜਾਂਦੇ ਹਾਂ, ਬਜ਼ੁਰਗਾਂ ਨੂੰ ਬੁਲਾ ਕੇ ਨਹੀਂ ਰਾਜੀ, ਗੁਰੂ ਘਰ ਜਾ ਕੇ ਦੇਖ ਕਰਾਉਂਦੇ ਹਾਂ, ਗੁਰੂ ਘਰ ਜਾ ਕੇ ਲੰਗਰ ਲਾਉਂਦੇ ਹਾਂ, ਉਹ ਕਿਸੇ ਕੰਮ ਨਹੀਂ ਆਉਂਦੇ। ਕਿਉਂਕਿ ਬਾਬਾ ਫਰੀਦ ਕਹਿੰਦੇ ਪਹਿਲਾਂ ਤੂੰ ਆਪਦੀ ਅਕਲ ਆਪ ਲੈ, ਉਸ ਤੋਂ ਬਾਅਦ ਜਦੋਂ ਤੂੰ ਆਪਦਾ ਆਚਾਰ ਅਤੇ ਵਿਵਹਾਰ ਸੁਧਾਰੇਗਾ ਅਤੇ ਇਹਦੇ ਨਾਲ ਤੇਰਾ ਆਸਤੇ ਆਸਤੇ ਹਿਰਦਾ ਸ਼ੁੱਧ ਹੋਵੇਗਾ। ਜਿਹਦਾ ਵਿਵਹਾਰ ਨਹੀਂ ਸ਼ੁੱਧ, ਇੱਕ ਬੰਦੇ ਨਾਲ ਦੋਸਤੀ ਕਰਦਾ, 10 ਪਰਿਵਾਰ ਦੇ ਮੈਂਬਰਾਂ ਨਾਲ ਗਾਲਮ ਗਾਲੀ ਹੁੰਦਾ, ਗਲੀ ਦੇ ਵਿੱਚ ਲੋਕਾਂ ਨੂੰ ਪੁੱਠਾ ਬੋਲਦਾ, ਕਿਸੇ ਦੀ ਨਿੰਦਿਆ ਕਰਦਾ, ਉਹ ਤਾਂ ਕਾਮਾਂ ਅਤੇ ਕੁੱਤਿਆਂ ਵਾਲਾ ਸੁਭਾਅ ਹੋ ਗਿਆ, ਇਨਸਾਨ ਵਾਲਾ ਸੁਭਾਅ ਨਾ ਹੋਇਆ। ਤਾਂ ਕਰਕੇ ਗੁਰੂ ਦੀ ਸ਼ਰਨ ਵਿੱਚ ਜਦੋਂ ਅਸੀਂ ਆਵਾਂਗੇ, ਗੁਰੂ ਕੀ ਕਹਿੰਦਾ ਹੈ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤ ਕੀਏ ਕਰਤ ਨਾ ਲਾਗੀ ਵਾਰ। ਗੁਰੂ ਦੇ ਜਿਹੜਾ ਸਿੱਖ ਹੈ ਉਸਦੇ ਮਨ ਜਦੋਂ ਪਿਆਰ ਆਉਂਦਾ ਹੈ ਗੁਰੂ ਪ੍ਰਤੀ, ਆਸਤੇ ਆਸਤੇ ਸਿਮਰਨ ਕਰਦਾ, ਸੇਵਾ ਕਰਦਾ, ਪਿਆਰ ਵਧੀ ਜਾਂਦਾ ਹੈ। ਜਿਸ ਤਰ੍ਹਾਂ ਸੰਤ ਮਹਾਰਾਜ ਰਾੜੇ ਸਾਹਿਬ ਵਾਲੇ ਹਜ਼ੂਰ ਪਾਤਸ਼ਾਹ ਸੰਤ ਮਹਾਰਾਜ ਈਸ਼ਵਰ ਸਿੰਘ ਜੀ, ਜਦੋਂ ਆਪ ਜੀ ਲੁਧਿਆਣੇ ਦੀਵਾਨ ਕਰਦੇ ਸੀ, ਸੰਤ ਮਹਾਰਾਜ ਰਣਜੀਤ ਸਿੰਘ ਬਰਖਤ ਜੀ ਆਪ ਉਸ ਵੇਲੇ ਇੱਥੇ ਹੀ ਰਹਿੰਦੇ ਸਨ, ਉਹਨਾਂ ਨੇ ਪਿੰਡ ਪੰਜ ਗਰਾਈਆਂ ਤੋਂ ਆ ਕੇ ਇੱਥੇ ਰਹਿਣ ਲੱਗ ਗਏ। ਉਹਨਾਂ ਦਾ ਸਤਸੰਗ ਦੀਵਾਨ ਸੁਣਿਆ, ਪਹਿਲੇ ਦਰਸ਼ਨ ਕੀਤੇ, ਹਿਰਦੇ ਵਿੱਚ ਘਰ ਕਰ ਗਏ, ਫਿਰ ਸਾਰੀ ਜ਼ਿੰਦਗੀ ਇਹੀ ਮੰਨ ਲਿਆ ਵੀ ਮੈਂ ਅੱਜ ਤੋਂ ਆਹ ਜਿਹੜਾ ਰੂਹਾਨੀਅਤ ਰਸਤਾ ਹੈ,
ਮਹਾਂਪੁਰਸ਼ਾਂ ਦੇ ਚਰਨ ਸਰੂਪ ਪ੍ਰਾਪਤ ਕਰਕੇ ਆਪਣਾ ਜੀਵਨ ਬਤੀਤ ਕਰਨਾ ਹੈ। ਉਹ ਦਰਸ਼ਨ ਪਹਿਲੇ ਹੀ ਘਰ ਦੇ ਵਿੱਚ ਆਪਣੇ ਹਿਰਦੇ ਵਿੱਚ ਘਰ ਕਰ ਗਿਆ ਹੋਵੇ, ਉਸ ਤੋਂ ਬਾਅਦ ਸੰਸਾਰ ਦਿਖਿਆ ਹੀ ਨਹੀਂ, ਇੱਕ ਉੱਪਰ ਮਹਾਤਮਾ ਹੀ ਮਹਾਂਪੁਰਸ਼ ਹੀ ਉਹਨਾਂ ਨੂੰ ਨਜ਼ਰ ਪਾਉਣ ਲੱਗੇ। ਜਿੱਧਰ ਵੀ ਦੇਖਦੇ ਸੀ ਵੀ ਉਹਨਾਂ ਦੀ ਸੰਗਤ ਹੀ, ਉਹਨਾਂ ਦਾ ਹੀ ਪਿਆਰ ਉਹਨਾਂ ਨੂੰ ਮਿਲ ਲੱਗਿਆ। ਆਸਤੇ ਆਸਤੇ ਕਿ ਇੱਕ ਝਟਕੇ ਵਿੱਚ ਸੰਸਾਰ ਦੇ ਸਾਰੇ ਕਾਰ ਵਿਹਾਰ ਛੱਡ ਕੇ ਆਪ ਰਾੜਾ ਸਾਹਿਬ ਰਹਿ ਕੇ ਸੇਵਾ ਕਰਨ ਲੱਗ ਗਏ, ਜਿਸ ਦੀ ਵਾਪਸ ਇਉਂ ਫਰਮਾਨ ਆਉਂਦਾ ਹੈ। ਤੇਰੇ ਦਰਸ਼ਨ ਕੋਹੋਂ ਬਾਰੀ ਲਾਲ ਰੰਗੀਲੇ ਪ੍ਰੀਤ ਮਨ, ਤੇਰੇ ਦਰਸ਼ਨ ਕੋਹੋਂ ਬਾਰੀ ਲਾਲ ਰੰਗੀਲੇ ਪ੍ਰੀਤ ਮਨ, ਦਰਸ਼ਨਾਂ ਦੇ ਨਾਲ। ਤੇਰੇ ਦਰਸ਼ਨ ਕੋਹੋਂ ਵਾਰੀ ਲਾਲ ਰੰਗੀਲੇ ਪ੍ਰੀਤਮਾ, ਸੋ ਉਹ ਮਨ 'ਤੇ ਜਦੋਂ ਇਹ ਨੇਤਰਾਂ ਰਾਹੀਂ ਆਵਾਜ਼, ਕੰਨਾਂ ਰਾਹੀਂ ਆਵਾਜ਼ ਮਹਾਂਪੁਰਸ਼ਾਂ ਦੇ ਜਦੋਂ ਪ੍ਰਵੇਸ਼ ਕੀਤੀ ਹਿਰਦੇ ਵਿੱਚ ਕੋਠੇ ਦੇ ਪਿਆਰ ਨੂੰ, ਉਹ ਜਿਹੜੀ ਆਵਾਜ਼ ਸੀ ਉਸਨੇ
ਇੱਕਦਮ ਮਨ ਪ੍ਰੇਰ ਦਿੱਤਾ, ਕਿਉਂਕਿ ਉਹ ਮਨ ਜਿਹੜੀ ਆਵਾਜ਼ ਸੀ ਉਹ ਮਹਾਂਪੁਰਸ਼ ਦੀ, ਜਿਹਨੇ ਸਾਰੀ ਜ਼ਿੰਦਗੀ ਨਾਮ ਬਾਣੀ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ। ਕਿਉਂਕਿ ਇੱਕ ਹੁੰਦਾ ਹੈ ਜਿਹੜਾ ਇਨਸਾਨ ਪ੍ਰਾਇਮਰੀ ਪੜ੍ਹਿਆ, ਇੱਕ ਹਾਈ ਸਕੂਲ, ਇੱਕ ਕਾਲਜ, ਇੱਕ ਅੱਗੇ ਕਾਲਜ ਵਿੱਚ ਯੂਨੀਵਰਸਿਟੀਆਂ ਜਾਂਦੇ ਨੇ, ਇਹਦਾ ਫਰਕ ਹੁੰਦਾ ਹੈ। ਐਵੇਂ ਜਿਵੇਂ ਇੱਕ ਉਹ ਵਿਦਿਆਰਥੀ ਹੁੰਦੇ ਨੇ ਜਿਹੜੇ ਵਿਚਾਰੇ ਅਜੇ ਪ੍ਰਾਇਮਰੀ ਦੀ ਪੜ੍ਹਾਈ ਪੜ੍ਹਦੇ ਨੇ, ਭਾਵੇਂ ਗੁਰਸਿੱਖੀ ਜੀਵਨ ਬਤੀਤ ਕਰਦੇ ਨੇ, ਪਰ ਉਹਨਾਂ ਦਾ ਮਨ ਨਹੀਂ ਅਜੇ ਟਿਕਾ 'ਚ ਆਉਣ ਲੱਗਿਆ। ਰਾੜੇ ਸਾਹਿਬ ਵਾਲੇ ਮਹਾਂਪੁਰਸ਼ ਨਾਮ ਰੂਪ ਹੀ ਹੋਏ ਪਏ ਸੀ, ਹੈ ਤਾਂ ਇਕੱਲੇ ਇਕੱਲੇ ਦੇ ਅੰਦਰ ਉਹੀ ਨਾਮ ਜਿਹਨੂੰ ਗੁਰਬਾਣੀ ਕਹਿੰਦੀ ਹੈ, ਨੌਨੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਇਹੀ ਜਿਹੜੀ ਸੀ ਉਹ ਇਹੋ ਜਿਹੀ ਖਿੱਚ ਪਾਉਂਦੀ ਸੀ ਆਪ ਜੀ ਪਿਆਰ ਨਾਲ ਆਸਤੇ ਆਸਤੇ ਕੀਰਤਨ ਕਰਦੇ ਨੇ, ਮਿੱਠੀ ਧੁੰਦ ਦੇ ਵਿੱਚ ਧਾਰਨਾ ਪੜ੍ਹਦੇ ਨੇ। ਜਿਹਦੇ ਵੀ ਆਵਾਜ਼ ਕੰਨ ਦੇ ਵਿੱਚ ਪੈਂਦੀ ਸੀ ਉਹਨੂੰ ਇਸ ਤਰ੍ਹਾਂ ਹੁੰਦਾ ਸੀ ਮੈਂ ਇਹਨਾਂ ਦਾ ਦੀਵਾਨ ਸੁਣ ਕੇ ਜਾਵਾਂ। ਚਿਹਰਾ ਲਾਲ ਦਗ ਦਗ ਸਫੇਦ ਬਸਤਰ ਪਾਏ ਹੁੰਦੇ ਮਹਾਰਾਜ ਜੀ ਦੇ। ਸੋ ਇਹੋ ਜਿਹਾ ਆਮ ਆਪਣੇ ਇਲਾਕੇ 'ਚ ਕੀ ਬੇਅੰਤ ਸੰਗਤਾਂ ਜਿੱਥੇ ਵੀ ਆਪਾਂ ਦੇਸਾਂ ਵਿਦੇਸਾਂ ਜਾਂਦੇ ਹਾਂ ਉਹਨਾਂ ਮਹਾਂਪੁਰਖਾਂ ਦੇ ਅਜੇ ਵੀ ਲੋਕ ਪ੍ਰੇਮੀ ਕੈਸਟਾਂ, ਭਾਵੇਂ ਬਹੁਤ ਕੁਛ ਇਹਦੇ 'ਤੇ ਯੂਟਿਊਬ 'ਤੇ ਪਾਇਆ ਹੋਇਆ, ਪਰ ਕੋਈ ਰਸਤਾ ਨਹੀਂ ਸਿੱਧ ਕਰਦਾ। ਰਸਤਾ ਕੋਈ ਕਹਿੰਦਾ ਵੀ ਇਸ ਤਰ੍ਹਾਂ ਕਰ ਲਓ, ਕੋਈ ਕਹਿੰਦਾ ਵੀ ਇਸ ਤਰ੍ਹਾਂ, ਕੋਈ ਕਹਿੰਦਾ ਵੀ ਇਹ ਗੱਲ ਹੋਵੇਗੀ, ਉਹ ਦੂਜਾ ਕਹਿੰਦਾ ਵੀ ਇਹ ਗੱਲ ਹੋ ਨਹੀਂ ਸਕਦੀ। ਮਹਾਂਪੁਰਸ਼ਾਂ ਦੀ ਜੋ ਕੈਸਟ ਕੋਈ ਸੁਣਦਾ ਹੈ ਉਹਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ਵੀ ਪਹਿਲਾਂ ਪਾਪ ਪੁੰਨ ਦੇ ਵਾਸਤੇ ਗੁਰਬਾਣੀ 'ਚ ਪ੍ਰੇਰਿਆ ਹੈ ਵੀ ਪਾਪ ਛੱਡਣੇ ਨੇ, ਪੁੰਨ ਕਰਨੇ ਨੇ। ਆਸਤੇ ਆਸਤੇ ਜਦੋਂ ਪੁੰਨ ਕਰਮ ਵੱਧਦੇ ਜਾਂਦੇ ਨੇ ਫਿਰ ਇਹਦੇ 'ਚ ਹੋਮੇ ਖਤਮ ਕਰਨੀ ਹੈ, ਮੈਂ ਲੰਗਰ ਲਾਇਆ, ਮੈਂ ਆਹ ਦੇਗਾਂ ਕਰਾਈਆਂ, ਮੈਂ ਇਹ ਹੋਮੇ ਨੂੰ ਫਿਰ ਕਰਦੇ ਕਰਦੇ ਫਿਰ ਇਹ ਅਵਸਥਾ ਬਣਾਉਣੀ ਹੈ ਵੀ ਮਾਲਕ ਦਾ ਹੀ ਮੇਰੇ ਸਿਰ 'ਤੇ ਹੱਥ ਹੈ ਵੀ ਉਹੀ ਮੇਰੇ ਤੋਂ ਕਰਾ ਰਿਹਾ ਹੈ, ਕਿਉਂਕਿ ਉਹਨੂੰ ਗੁਰਮੁਖ ਕਹਿੰਦੇ ਨੇ। ਗੁਰਮੁਖ ਜਿਹੜਾ ਹੈ ਉਹ ਦਾਤਾਂ ਸਾਰੀਆਂ ਆਪਦੇ ਮਾਲਕ ਦੀਆਂ ਮੰਨਦਾ ਹੈ, ਜਿਹੜਾ ਮਨਮੁੱਖ ਹੈ ਉਹ ਕਹਿੰਦਾ ਮੈਂ ਕੀਤਾ। ਫਰਕ ਇੰਨਾ ਹੁਣ ਇਹ ਮਨ ਦੇ ਤਲ 'ਤੇ ਪੜ੍ਹਾਈ ਹੈ। ਹਜ਼ੂਰ ਪਾਤਸ਼ਾਹ ਰਾਣਾ ਸਾਹਿਬ ਵਾਲੇ ਇਹ ਬਚਨ ਸਾਰੀਆਂ ਕੈਸਟਾਂ ਵਿੱਚ ਸਮਝਾਉਂਦੇ ਨੇ। ਫਿਰ ਅੱਗੇ ਉਹਨਾਂ ਦਾ ਕਹਿਣ ਦਾ ਮਤਲਬ ਹੈ ਵੀ ਭਾਈ ਸਿਮਰਨ ਜਿਹੜਾ ਬੰਦਾ ਕਰਦਾ ਕਦੇ ਮਨ ਜੁੜ ਗਿਆ ਕਦੇ ਟੁੱਟ ਗਿਆ, ਜਿਹੜੇ ਉਹੋ ਜਿਹੇ ਅਭਿਆਸੀ ਹੁੰਦੇ ਨੇ ਮਾਨੋ ਉਹਨਾਂ ਦਾ ਤਮੋ ਗੁਣ ਟੁੱਟ ਜਾਂਦਾ, ਭਾਵ ਉਹ ਜਿਹੜੇ ਹੁੰਦੇ ਨੇ ਪੁੰਨੀ ਅਤੇ ਪਾਪੀ ਇਹਨਾਂ ਤੋਂ ਦੋਨਾਂ ਤੋਂ ਰਸਤਾ ਅਲੱਗ ਹੋ ਗਿਆ ਉਹਨਾਂ ਦਾ। ਉਹ ਹਰ ਵਕਤ ਧਿਆਨ 'ਚ ਇਹੀ ਰੱਖਦੇ ਨੇ ਵੀ ਇਹ ਕਿਵੇਂ ਮੇਰੇ ਜਿਹੜਾ ਹੈ ਸ਼ਬਦ ਜਾਂ ਗੁਰੂ ਇਹ ਮੇਰੇ ਹਿਰਦੇ ਵਿੱਚ ਵਸੇ। ਜਦੋਂ ਮਿਹਨਤ ਕਰਦਾ ਕਰਦਾ ਆਸਤੇ ਆਸਤੇ ਇਹ ਜਿਹੜਾ ਅਸਥੂਲ ਸਰੀਰ ਹੈ ਜਾਂ ਸੂਖਮ ਸਰੀਰ ਹੈ, ਕਾਰਨ ਸਰੀਰ ਹੈ, ਇਹਦੀ ਵਿਧੀ ਜਾਣਦਾ ਵੀ ਇਹ ਕੀ ਚੀਜ਼ ਹੈ। ਜਦੋਂ ਸਿਮਰਨ ਦੇ ਨਾਲ ਆਸਤੇ ਆਸਤੇ ਅੰਮ੍ਰਿਤ ਵੱਲ 99 ਕੋਸ ਅਤੇ 93 ਕੋਸ ਦਾ ਗਿਆਨ ਹੁੰਦਾ, ਇਹਨੂੰ 99 ਕੋਸ ਦੇ ਵਿੱਚ ਸਮਝ ਆਉਂਦੀ ਹੈ, 93 ਕੋਸ ਦੇ ਵਿੱਚ ਇਹਨੂੰ ਆਪਦਾ ਸਰੀਰ ਬਿਲਕੁਲ ਹੱਡੀਆਂ ਦਿੰਦੀਆਂ ਨੇ, ਚਮੜਾ ਹੀ ਦਿੰਦਾ, ਹੱਡ ਮਾਸ ਦਿੰਦਾ, ਇਹਨੂੰ ਆਪਦੇ ਆਪ ਅੱਡ ਬੈਠਾ ਦਿੰਦਾ ਹੈ ਪਰ ਸਰੀਰ ਅੱਡ ਦਿੰਦਾ। ਜਦੋਂ ਇਹਨੂੰ ਇਹ ਮਤਲਬ ਪਤਾ ਲੱਗ ਜਾਂਦਾ ਵੀ ਇਹ ਸਰੀਰ ਮੈਨੂੰ ਕੁਛ ਟਾਈਮ ਵਾਸਤੇ ਮਿਲਿਆ, ਅੰਦਰੋਂ ਇਹ ਚੀਜ਼ ਵੱਖਰੀ ਹੋ ਕੇ ਦਿੰਦੀ ਹੈ, ਜਿਵੇਂ ਆਪਾਂ ਕਹਿੰਦੇ ਹੱਥ 'ਤੇ ਔਲਾ, ਉਹਨੂੰ ਕਹਿੰਦੇ ਪ੍ਰਾਣਾਯਾਮੀਆਂ। ਜਦੋਂ ਆਸਤੇ ਆਸਤੇ ਇਹ ਚੀਜ਼ਾਂ ਦਾ ਗਿਆਨ ਹੋਣ ਲੱਗਦਾ ਫਿਰ ਅੱਗੇ ਭਗਤ ਆਉਂਦੇ ਨੇ। ਭਗਤਾਂ ਦਾ ਇਹ ਹੁੰਦਾ ਵੀ ਉਹ ਸਰਗੁਣ ਰੂਪ 'ਚ ਪਰਮਾਤਮਾ ਦੀ ਉਪਾਸ਼ਨਾ ਕਰਦੇ ਹੁੰਦੇ ਨੇ ਵੀ ਮੇਰੇ ਅੱਗੇ ਮਾਲਕ ਬੈਠਾ, ਮੈਂ ਉਹਦੀ ਆਰਾਧਨਾ ਕਰ ਰਿਹਾ।
ਜਿਵੇਂ ਨਾਮ ਦੇ ਭਗਤ ਦਾ ਆਉਂਦਾ ਹੈ ਪਾੜ ਪੜੋਸ ਨੂੰ ਪੁੱਛ ਲੈ ਨਾਮਾ ਤਾਂ ਪੈ ਕਾਂ ਛਪਾਈ ਹੋ ਬਈ ਉਹਨੇ ਪਰਮਾਤਮਾ ਨੇ ਉਹਦੀ ਛੱਪਰੀ ਬੰਨੀ ਅਤੇ ਉਸਨੇ ਖੁਸ਼ੀ ਵਿੱਚ ਆ ਕੇ ਇਹ ਸ਼ਬਦ ਸਾਰੀ ਰਾਤ ਕੀਰਤਨ ਹਰੀ ਜਸ ਗਾਇਆ ਪਰਮਾਤਮਾ ਦੀ ਖੁਸ਼ੀ ਵਿੱਚ ਵੀ ਮਹਾਰਾਜ ਤੁਸੀਂ ਨੇ ਮੇਰੇ ਕਿਉਂਕਿ ਨਾਮ ਦੇ ਭਗਤ ਨੂੰ ਪਰਮਾਤਮਾ ਨੇ 72 ਵਾਰੀ ਦਰਸ਼ਨ ਦਿੱਤੇ ਸਾਰਿਆਂ ਨੂੰ ਪਤਾ ਸੀ ਨਾਮੇ ਦੇਖ ਨਾਰਾਇਣ ਹੱਸੈ ਏਕ ਭਗਤ ਮੇਰੇ ਹਿਰਦੇ ਵਸੈ ਪਰਮਾਤਮਾ ਵੀ ਕਹਿੰਦਾ ਤੂੰ ਮੇਰਾ ਸਭ ਤੋਂ ਪਿਆਰਾ ਭਗਤ ਹੈ ਮੇਰੇ ਹਿਰਦੇ ਵਿੱਚ ਵਸਦਾ ਸੋ ਇਹ ਭਗਤ ਨੇ ਭਗਤਾਂ ਤੋਂ ਬਾਅਦ ਇਹ ਹੁੰਦਾ ਹੈ ਉਂਗਲੀ ਫੜ ਕੇ ਤੁਰਨਾ ਜਿਵੇਂ ਆਪਾਂ ਮਾਂ ਬਾਪ ਦੀ ਉਂਗਲੀ ਫੜ ਕੇ ਚੱਲਦੇ ਹਾਂ ਉਸ ਤੋਂ ਅੱਗੇ ਇਹੀ ਭਗਤ ਸਮਝ ਲਓ ਜਵਾਨੀ 'ਚ ਆ ਗਿਆ ਜਦੋਂ ਜਵਾਨੀ 'ਚ ਆ ਗਿਆ ਉਹ ਨਿਰਾਕਾਰ ਦਾ ਉਪਾਸ਼ਕ ਹੁੰਦਾ ਹੈ ਸਰਗੁਣ ਤੋਂ ਨਿਰਾਕਾਰ 'ਚ ਜਾਂਦਾ ਉਹਨੂੰ ਕਹਿੰਦੇ ਨੇ ਸੰਤ ਮਹਾਤਮਾ ਜਿਹਨਾਂ ਨੂੰ ਹਰ ਵਕਤ ਨਾਮ ਨਹੀਂ ਵਿਸਰਦਾ ਕਿਉਂਕਿ ਭਗਤ ਤਾਂ ਕਦੇ ਰੋ ਵੀ ਪੈਂਦਾ ਨਾ ਮੈਨੂੰ ਆਹ ਚੀਜ਼ ਨਹੀਂ ਦਿੱਤੀ ਮੈਨੂੰ ਦੋ ਬੱਚੇ ਮੰਗੋ ਅਤੇ ਉਹ ਸੰਤ ਨੇ ਜਿਹੜੇ ਉਹਨਾਂ ਨੂੰ ਸਿਰਫ ਇੱਕ ਉਹੀ ਧੁੰਦ ਵੱਜੀ ਰਹਿੰਦੀ ਹੈ ਬਈ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵੀ ਹੋਣਾ ਚਾਤਰ ਕਿਉਂ ਕਿਉਂ ਕਿਰਤਰ ਉਤਰਾਵੈ ਭਵਰ ਲੋਭੀ ਉਸ ਵਾਸਤਾ ਮਿਲ ਆਪ ਵਧਾਵੈ ਇਹ ਅਵਸਥਾ ਉਹਦੀ ਪਿਆਰ ਵਾਲੀ ਬਣ ਜਾਂਦੀ ਹੈ ਮੈਂ ਹਰ ਵਕਤ ਇੱਕ ਉਹੀ ਨਾਮ ਹੀ ਜਪਣਾ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਕਾਵੈ ਉਹ ਕਹਿੰਦਾ ਮੈਨੂੰ ਭਾਵੇਂ ਤੁਸੀਂ ਲੁਧਿਆਣੇ 'ਚ ਰੱਖ ਲਓ ਭਾਵੇਂ ਦਿੱਲੀ 'ਚ ਰੱਖ ਲਓ ਮੈਨੂੰ ਨਾਮ ਨਾ ਵਿਸਰੇ ਮੈਨੂੰ ਸ਼ਹਿਰ ਨਹੀਂ ਚੰਗਾ ਮੈਨੂੰ ਨਾਮ ਚੰਗਾ ਹੈ ਜਿਹਦਾ ਨਾਮ ਵਿਸਰ ਗਿਆ ਫਿਰ ਮੈਂ ਆਪਦੀ ਕੁਟੀਆ 'ਚ ਜਾਊਂਗਾ ਨਹੀਂ ਮੈਂ ਇੱਥੇ ਰਹੂੰਗਾ ਉਹਦਾ ਇਹ ਹੁੰਦਾ ਉਹ ਮਹਾਂਪੁਰਸ਼ ਦਾ ਉਸ ਤੋਂ ਅੱਗੇ ਸੰਤ ਤੋਂ ਬ੍ਰਹਮ ਗਿਆਨੀ ਆ ਜਾਂਦੇ ਨੇ ਜਿਹਨਾਂ ਦਾ ਕੋਈ ਸ਼ਬਦ ਹੁੰਦਾ ਹੀ ਨਹੀਂ ਜਪਣਾ ਉਹਨਾਂ ਨੂੰ ਅਵਸਥਾਵਾਂ ਪ੍ਰਾਪਤ ਹੁੰਦੀਆਂ ਜਿਵੇਂ ਲੈਕਚਰਾਰ ਲੈਕਚਰ ਕਰਦੇ ਨੇ ਅਤੇ ਜਿਹੜੇ ਪਹਿਲਾਂ ਇੰਨੀਆਂ ਬੁੱਕਾਂ ਲੈਂਦੇ ਨੇ ਲੋਕ ਆਹ ਕੁਛ ਕਰਦੇ ਨੇ ਉਦੋਂ ਅੱਗੇ ਉਹਨਾਂ ਨੇ ਉਹ ਆਪਦੇ ਕੋਈ ਹੱਥ 'ਤੇ ਲਿਖ ਲੈਂਦਾ ਕੋਈ ਉਹਨੂੰ ਯਾਦ ਰੱਖ ਲੈਂਦਾ ਥਿਓਰੀ ਫੜਨੀ ਹੁੰਦੀ ਹੈ ਉਹਨਾਂ ਨੇ ਹੋਰ ਕੋਈ ਮਤਲਬ ਨਹੀਂ ਹੁੰਦਾ ਅਤੇ ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਹੁੰਦੇ ਨੇ ਇਹ ਕਾਰਕ ਮਹਾਂਪੁਰਸ਼ ਹੁੰਦੇ ਜਿਵੇਂ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਜਨਮ ਤੋਂ ਹੀ ਦੁਨੀਆਂ ਦੇ ਭਲੇ ਵਾਸਤੇ ਆਏ ਸਨ ਜੇ ਉਹਨਾਂ ਨੂੰ ਕਾਰਕ ਮਹਾਂਪੁਰਸ਼ ਕਿਹਾ ਵੀ ਜਨਮ ਤੋਂ ਹੀ ਗਿਆਨ ਸੀ ਆਪ ਜੀ ਪਿੰਡ ਦੇ ਟੋਭੇ 'ਤੇ ਬੈਠ ਕੇ 5 ਸਾਲ ਦਾ ਬੱਚੇ ਨੂੰ ਆਪਾਂ ਕਹਿੰਦੇ ਵੀ ਠੰਡ ਨਾ ਲੱਗ ਜੇ ਇਹ ਨਾ ਹੋ ਜਾਵੇ ਪਰ ਰਾੜੇ ਸਾਹਿਬ ਵਾਲੇ ਮਹਾਂਪੁਰਸ਼ ਆਲੋਵਾਲ ਪਿੰਡ ਦੇ ਟੋਭੇ 'ਤੇ ਜਾ ਕੇ ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਛੋਟੀ ਅਵਸਥਾ ਦੇ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਹੁੰਦੇ ਬਈ ਇੱਕ ਧੁੰਨ ਦੇ ਵਿੱਚ ਸੇ ਉਹਨਾਂ ਦਾ ਪਿੱਛੇ ਇਹ ਕੌਣ ਕਰੇਗਾ ਜਿਹਦੇ ਕੋਈ ਪੀਰ ਪੂਰਲੇ ਕਰਮ ਨੇ ਉਹ ਇਨਸਾਨ ਕਰ ਸਕਦਾ ਬਕਾਇਦਾ ਆਮ ਜਿਹੜੀ ਜਨਤਾ ਹੈ ਉਹ ਆਸਤੇ ਆਸਤੇ ਜਿਵੇਂ ਦੁਨੀਆਂ ਦੀ ਪੜ੍ਹਾਈ ਸਟੈਪ ਬਾਈ ਸਟੈਪ ਹੁੰਦੀ ਹੈ ਇਸੇ ਤਰ੍ਹਾਂ ਹੀ ਇਹ ਗੁਰੂ ਨਾਨਕ ਦੇ ਘਰ ਦੀ ਵੀ ਭਾਈ ਆਪਦੇ ਮਨ 'ਤੇ ਸ਼ਰਧਾ ਦੇ ਬਲ 'ਤੇ ਅੱਗੇ ਅੱਗੇ ਚੱਲਦੀ ਹੈ ਨਹੀਂ ਤਾਂ ਇਸ ਤਰ੍ਹਾਂ ਨਹੀਂ ਹੈ ਵੀ ਸਾਰਾ ਇੱਕੋ ਹੀ ਚੀਜ਼ ਹੈ ਜਿਹੋ ਜਿਹੇ ਕਰਮ ਇਨਸਾਨ ਕਰਦਾ ਹੈ ਉਹਦੇ ਮੁਤਾਬਕ ਇਹ ਮਿਲਦਾ ਹੈ ਫਿਰ ਇਹੀ ਚੀਜ਼ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਲਤੀਫ ਜੇ ਤੂੰ ਅਕਲਈਆਂ ਉਹ ਤੋਂ ਬਾਅਦ ਦੇ ਵਿੱਚ ਆਪਦੇ ਮਨ ਦਾ ਨਾ ਆਪ ਵੀ ਕੁਛ ਸੋਚਿਆ ਕਰ ਸਿੱਧੇ ਜੇ ਗਲਤੀ ਹੋ ਗਈ ਤਾਂ ਵੀ ਕਹਿੰਦਾ ਮੇਰੇ ਮੰਮੀ ਡੈਡੀ ਨੂੰ ਪਤਾ ਜੇ ਚੰਗਾ ਕਰਤਾ ਤਾਂ ਵੀ ਮੰਮੀ ਡੈਡੀ ਨੂੰ ਪਤਾ ਇਹ ਗੱਲ ਨਹੀਂ ਕਹਿਣੀ ਉਹਨਾਂ ਨੇ ਤੈਨੂੰ ਜਨਮ ਦਿੱਤਾ ਪੜ੍ਹਾ ਦਿੱਤਾ ਸਾਰੀ ਆਪਦੇ ਪੈਰਾਂ 'ਤੇ ਹੋ ਕੇ ਸਵਾਲ ਜਵਾਬ ਜਿਹੜਾ ਹਿਸਾਬ ਦਾ ਹਿਸਾਬ ਨਾਲ ਕਰ ਤਾਂ ਕਰਕੇ ਗੁਰਬਾਣੀ ਸਾਨੂੰ ਗੁਰੂਆਂ ਦੀ ਸਿੱਖਿਆ ਇਹ ਸਾਨੂੰ ਸਾਰੀ ਕਿਉਂਕਿ ਜੇ ਗੁਰੂਆਂ ਨੇ ਗੁਰਬਾਣੀ ਇਹਨੂੰ ਕਿਉਂ ਕਿਹਾ ਜਾਂਦਾ ਗੁਰੂ ਰੂਪ ਇਹਨੂੰ ਤਾਂ ਕਿਹਾ ਜਾਂਦਾ ਗੁਰੂਆਂ ਨੇ ਆਪਣੇ ਜੀਵਨ ਵਿੱਚ ਸਾਰਾ ਢਾਲ ਕੇ ਇਹਦੇ ਉੱਤੇ ਚੱਲ ਕੇ ਆਪ ਉਹ ਵਚਨ ਦਰਜ ਕੀਤੇ ਨੇ ਜੇ ਗੁਰੂਆਂ ਨੇ ਸੇਵਾ ਕੀਤੀ
ਤਾਂ ਉਹਨਾਂ ਨੇ ਸਾਨੂੰ ਵੀ ਤਾਕੀਦ ਦਿੱਤੀ ਹੈ ਭਾਈ ਸੇਵਾ ਕਰੋ। ਗੁਰੂ ਅਮਰਦਾਸ ਮਹਾਰਾਜ ਦਾ ਦੇਖ ਲਓ 72-73 ਸਾਲ ਦੀ 62-63 ਸਾਲ ਦੀ ਆਯੂ ਵਿੱਚ ਕਿੰਨੀ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕੀਤੀ, ਜਲ ਢੋਇਆ, ਲੰਗਰ ਦੀ ਸੇਵਾ ਕੀਤੀ, ਬਰਤਨਾਂ ਦੀ ਸੇਵਾ ਕੀਤੀ, ਇਹ ਜੀ ਅਣਥੱਕ ਸੇਵਾ। ਉਦੋਂ ਸੇਵਾ ਕਰਕੇ ਜੇ ਬਚਨ ਮੰਨਿਆ ਗੁਰੂ ਅੰਗਦ ਦੇਵ ਮਹਾਰਾਜ ਨੇ, ਜੇ ਉਂਗਲ ਹੋਈ ਭਾਈ ਲੈਣਿਆ ਆ ਜਿਹੜਾ ਹੈ ਦੀਵਾਰ ਗਿਰ ਗਈ ਵੀ ਇਹਨੂੰ ਬਣਾਓ, ਰਾਤ ਦੇ 12 ਵਜੇ ਬਚਨ ਹੋਇਆ ਤਾਂ ਇਹ ਗੱਲ ਨਹੀਂ ਕਹੀ ਮਹਾਰਾਜ ਵੀ ਮੈਂ ਕੋਈ ਨਹੀਂ ਦਿਨ ਚੜ੍ਹੇ ਬਣਾ ਲਾਂਗੇ, ਉਸੇ ਵੇਲੇ ਰਾਤ ਦੇ ਟਾਈਮ ਹੀ ਸ਼ੁਰੂ ਹੋ ਗਏ ਦੀਵਾਰ ਬਣਾਉਣਾ, ਕਿਉਂਕਿ ਬਚਨ ਹੋਇਆ ਵੈ। ਜਿਹੜੇ ਇਹ ਬਚਨ ਮੰਨ ਕੇ ਵੀ ਗੁਰੂਆਂ ਨੇ ਦੱਸਿਆ ਸੇਵਾ ਕਰਕੇ ਵੀ ਆਪ ਜਿਹੜੇ ਕੰਮ ਕੀਤੇ ਉਹ ਸੰਗਤ ਦੇ ਵਿੱਚ ਬਾਅਦ 'ਚ ਕਹੇ ਨੇ, ਜਿਹੜੇ ਆਪ ਉਹਨਾਂ 'ਤੇ ਪਹਿਰਾ ਦਿੱਤਾ ਹੈ, ਤਾਂ ਕਰਕੇ ਇਸ ਨੂੰ ਇਉਂ ਵਰਣਨ ਕਰਦੇ ਹਨ। ਆਗਿਆ ਸਾਹਿਬ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਸਾਹਿਬ ਸਾਹਿਬ ਸੇਵਾ, ਸਾਹਿਬ ਸੇਵਾ, ਆਗਿਆ ਵਿੱਚ ਰਹਿ ਕੇ ਸੇਵਾ ਕਰਨੀ, ਇਹਦਾ ਬਹੁਤ ਵੱਡਾ ਮਹੱਤਵ ਹੈ। ਮਹੱਤਵ ਤਾਂ ਮੋਟਾ ਜਿਹਾ ਪ੍ਰਮਾਣ ਲੈ ਲਓ, ਘਰ ਦੇ ਵਿੱਚ ਸਾਡੀ ਸ਼ਾਦੀ ਹੋਈ ਹੋਵੇ, ਜਦੋਂ ਸ਼ਾਦੀ ਹੁੰਦੀ ਹੈ ਇਸਤਰੀ ਪੁਰਸ਼ ਦੀ ਗੱਲ ਮੰਨੇ, ਪੁਰਸ਼ ਇਸਤਰੀ ਦੀ, ਉਹ ਘਰ ਸੁਰਗ ਬਣ ਜਾਂਦਾ ਹੈ। ਜਦੋਂ ਇਸ ਤਰ੍ਹਾਂ ਕਲੇਸ਼ ਨਹੀਂ ਹੁੰਦਾ, ਤਣਾਅ ਨਹੀਂ ਹੁੰਦਾ, ਜੇ ਘਰ ਸੌਖਾ ਵੱਸਦਾ, ਗੁਰੂ ਅਤੇ ਸਿੱਖ ਦਾ ਤਾਂ ਰਿਸ਼ਤੇ ਹੀ ਬਹੁਤ ਦਰਗਾਹੀ ਰਿਸ਼ਤੇ ਨੇ। ਇਹਦੇ ਨਾਲ ਤਾਂ ਜੇ ਅਸੀਂ ਆਗਿਆ ਵਿੱਚ ਰਹਿ ਕੇ ਸੇਵਾ ਕਰਾਂਗੇ,
ਮਨ ਦੀ ਜਿਹੜੀ ਊਚ ਨੀਵੀਂ ਗੱਲਾਂ ਹੁੰਦੀਆਂ ਨੇ ਭਾਵ ਆਪਦੇ ਮਨ ਦੇ ਹੰਕਾਰ ਦੀਆਂ ਗੱਲਾਂ ਵੀ ਅਸੀਂ ਹਰ ਵਕਤ ਰਹਿ ਦੇਈ ਜਾਣੀ ਹੈ, ਕੰਮ ਕੁਛ ਕਰਨਾ ਨਹੀਂ, ਸੁਝਾਈ ਦੇਈ ਜਾਣੇ ਨੇ, ਉਹ ਆਦਤ ਆਪਾਂ ਨੇ ਰੋਕਣੀ ਹੁੰਦੀ ਹੈ। ਕਿਉਂਕਿ ਜੇ ਅਸੀਂ ਸੋਚਦੇ ਹਾਂ ਵੀ ਸਾਡਾ ਅੱਜ ਸਿਸਟਮ ਗੁਰਦੁਆਰਾ ਇੱਥੇ ਚੱਲਦਾ, ਜਿਹੜੇ ਦੂਜੇ ਹਜ਼ਾਰਾਂ ਲੱਖਾਂ ਹੀ ਗੁਰਦੁਆਰੇ ਨੇ ਉਹ ਕੌਣ ਚਲਾਉਂਦਾ ਵੀ, ਉੱਥੇ ਵੀ ਰੱਬ ਨੇ। ਪਰਮਾਤਮਾ ਕਿਤੇ ਵੀ ਕਿਸੇ ਤੋਂ ਸੇਵਾ ਲੈ ਸਕਦਾ। ਗੁਰੂ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ ਇੱਥੇ, ਇਹ ਨਹੀਂ ਹੈ ਵੀ ਇੱਕੋ ਹੀ ਬੰਦਾ ਚਲਾਉਂਦਾ। ਪਰ ਸਾਡੇ ਅੰਦਰੋਂ ਇਹ ਹੋਮੇ ਢਾਉਣ ਦੇ ਗੁਰੂ ਨੇ ਤਰੀਕੇ ਦੱਸੇ ਨੇ ਭਾਈ, ਇਹਦੇ ਵਿੱਚ ਅਸੀਂ ਨੇ ਜਦੋਂ ਜਿਹੜਾ ਕਰਮ ਕਰਨਾ ਵੈਸਾ ਸਵਾਂਗ ਧਾਰਨਾ। ਜੇ ਅਸੀਂ ਸੇਵਾਦਾਰ ਦਾ ਸਵਾਂਗ ਹੈ, ਸੇਵਾਦਾਰ ਕਿਤੇ ਅਕਲ ਵਾਲੀਆਂ ਗੱਲਾਂ ਨਹੀਂ ਦੱਸਦਾ ਹੁੰਦਾ ਵੀ ਤੁਸੀਂ ਇਸ ਤਰ੍ਹਾਂ ਕਰੋ, ਉੱਥੇ ਸੇਵਾਦਾਰ ਹੀ ਬਣ ਕੇ ਰਹਿਣਾ ਪਵੇਗਾ। ਜਦੋਂ ਅਸੀਂ ਆਏ ਮਾਲਕ ਵਾਲੀ ਗੱਲ 'ਤੇ ਆ ਗਏ ਤਾਂ ਉਹ ਸਵਾਂਗ ਪੂਰਾ ਕਰੋ। ਜੇ ਘਰ ਦੇ ਵਿੱਚ ਬੱਚੇ ਨੇ ਬੱਚਿਆਂ ਵਾਲਾ ਸਵਾਂਗ ਪੂਰਾ ਕਰੋ, ਘਰ ਦੇ ਵਿੱਚ ਜੇ ਮਾਂ ਹੈ ਮਾਂ ਵਾਲਾ, ਜੇ ਪੁਰਸ਼ ਹੈ ਪੁਰਸ਼ ਵਾਲਾ, ਘਰ ਦੇ ਵਿੱਚ ਜੇ ਉਹ ਜੇ ਇਨਸਾਨ ਕੋਈ ਵੀ ਪਾਠ ਅਦਾ ਨਹੀਂ ਕਰਦਾ ਅਤੇ ਉਹ ਘਰ ਦੇ ਵਿੱਚ ਆਪਾਂ ਕਹਿੰਦੇ ਮੈਨੂੰ ਕੋਈ ਗੱਲ ਹੈ, ਕੋਈ ਗੁੱਸੇ ਹੈ, ਕੀ ਗੱਲ ਹੈ, ਉਦੋਂ ਪੁੱਛਦੇ ਹਾਂ ਸਾਰੇ ਟੱਬਰ ਮਗਰ ਪੈ ਜਾਂਦੇ। ਪਰ ਇੱਧਰਲੀਆਂ ਕਮੀਆਂ ਜਿਹੜੀਆਂ ਨੇ ਉਹ ਅਸੀਂ ਲੱਭ ਨਹੀਂ ਪਾਉਂਦੇ, ਤਾਂ ਨਹੀਂ ਲੱਭ ਪਾਉਂਦੇ। ਜਿਹੜੀਆਂ ਕਈਆਂ ਗੱਲਾਂ ਆਈਆਂ ਹੀ ਨੇ ਗੁਰਮਤਿ ਦੇ ਵਿੱਚ, ਜਿਹੜੀਆਂ ਉਹ ਇਕੱਲੇ ਜਗਿਆਸੂ ਨੂੰ ਵੈਸੇ ਤਰੀਕੇ ਨਾਲ ਸਮਝਾਈਆਂ ਜਾਂਦੀਆਂ, ਜਦੋਂ ਅਸੀਂ ਮੀਡੀਆ 'ਚ ਆ ਜਾਂਦੇ ਹਾਂ ਸਾਹਮਣੇ, ਉਹ ਗੱਲਾਂ ਸਾਰੀਆਂ ਦਾ ਤਾਲਮੇਲ ਨਹੀਂ ਬਣਦਾ। ਕਿਉਂਕਿ ਕਿਸੇ ਦੇ ਖਿਆਲ ਕਹੇ ਨੇ, ਕਿਸੇ ਦੇ ਖਿਆਲ ਕਹੇ ਨੇ, ਕਈ ਇਹ ਜਿਹੜਾ ਕੁਛ ਆਪਾਂ ਸੁਣਦੇ ਹਾਂ ਹੈ ਸੱਚ ਸਾਰਾ ਕੁਛ, ਕਿਸੇ ਦਾ ਜੇ ਹੋਇਆ ਅੰਦਰ ਇਨਸਾਨ ਤਾਂ ਹੀ ਦੱਸਦਾ, ਪ੍ਰੂਫ ਵੀ ਦਿੰਦਾ ਅਗਲਾ। ਪਰ ਜਿਹੜੇ ਇਨਸਾਨ ਉਹ ਮੀਡੀਆ ਵਿੱਚ ਜਦੋਂ ਅਸੀਂ ਵਚਨ ਕਰਦੇ ਹਾਂ, ਜ਼ਿਆਦਾਤਰ ਲੋਕ ਇਸ ਲੋਕ ਲੈਣ ਦੇ ਹੁੰਦੇ ਨਹੀਂ, ਉਹਨਾਂ ਦੇ ਗੱਲ ਸਮਝ ਨਹੀਂ ਪੈਂਦੀ, ਫਿਰ ਉਹਨੂੰ ਨਾਸਤਿਕ ਭਾਵਨਾ ਵਿੱਚ ਲੈ ਜਾਂਦੇ ਨੇ। ਤਾਂ ਕਰਕੇ ਜਿਹੜਾ ਇਹ ਇਸਤਰੀ ਅਤੇ ਪੁਰਸ਼ ਦਾ ਰਿਸ਼ਤਾ ਹੁੰਦਾ ਹੈ, ਇਹ ਆਪਸ ਦੇ ਵਿੱਚ ਜਿਵੇਂ ਉਹਨਾਂ ਦਾ ਭੇਦ ਨਹੀਂ ਖੁੱਲਦਾ ਪਰਿਵਾਰਾਂ ਵਿੱਚ, ਐਵੇਂ ਜਿਵੇਂ ਸਿੱਖ ਅਤੇ ਗੁਰੂ ਦੇ ਜਿਹੜੇ ਅਨੇਕਾਂ ਕੌਤਕ ਵਰਤਦੇ ਨੇ, ਜਦੋਂ ਇਹ ਰੋਜ਼ ਸਿਮਰਨ ਕਰਦਾ ਬਾਣੀ ਪੜ੍ਹਦਾ ਆਪਦੇ ਜੀਵਨ ਵਿੱਚ ਘਟਦੀਆਂ ਨੇ। ਪਰ ਜੇ ਤੁਸੀਂ ਇਹ ਸਟੇਜਾਂ 'ਤੇ ਬੋਲੋਗੇ, ਉਹ ਲੋਕ ਤੁਹਾਨੂੰ ਮਖੌਲ ਕਰਨਗੇ ਵੀ ਲੈ ਇਹ ਵੱਡਾ, ਇਹ ਬੜਾ, ਇਹਨੂੰ ਕਿਤੇ ਇਕੱਲੇ ਨੂੰ ਹੁੰਦੇ ਰਹੇ, ਇਹਦਾ ਪਖੰਡੀ ਹੈ ਜੀ, ਇਹ ਚੋਰ ਹੈ ਜੀ, ਇਹਦੇ ਮਗਰ ਪੈ ਜਾਂਦੇ। ਤਾਂ ਕਰਕੇ ਕਈ ਇਹੋ ਜਿਹੇ ਸ਼ਰਧਾਵਾਨ ਜਿਹੜੇ ਬਚਨ ਹੁੰਦੇ ਨੇ, ਤੁਸੀਂ ਉਹ ਜੇ ਗੁਪਤ ਕਰੋਗੇ ਓਨਾ ਵਧੀਆ ਰਹੇਗਾ। ਸੋ ਇਹੀ ਹੈ ਗੁਰੂ ਨਾਨਕ ਦੇਵ ਮਹਾਰਾਜ ਨੇ ਜੇ ਆਪਾਂ ਨੂੰ ਤਾਕੀਦ ਕਰੀ ਹੈ ਵੀ ਭਾਈ ਅੰਮ੍ਰਿਤ ਵੇਲਾ ਸੰਭਾਲਣਾ, ਤਾਂ ਅੰਮ੍ਰਿਤ ਵੇਲੇ ਦੇ ਸੁਝਾਅ, ਆਪ ਜੀ ਨੇ ਅੰਮ੍ਰਿਤ ਵੇਲਾ ਉੱਠੇ, ਜਿੱਥੇ ਵੀ ਰਹਿੰਦੇ ਸੀ ਉੱਥੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਅਤੇ ਇਸੇ ਤਰ੍ਹਾਂ ਹੀ ਦਸਾਂ ਪਾਤਸ਼ਾਹੀਆਂ ਤੱਕ ਗੁਰੂ ਕਲਗੀਧਰ ਪਾਤਸ਼ਾਹ ਹੋਰ ਤਾਂ ਹੋਰ, ਜਦ ਸਰਸਾ ਨਦੀ 'ਤੇ ਵਿਛੋੜਾ ਪਿਆ ਉਸ ਜਗ੍ਹਾ 'ਤੇ, ਅਨੰਦਪੁਰ ਸਾਹਿਬ ਛੱਡਿਆ, ਜਦੋਂ ਵਿਛੋੜ ਅੱਗੇ ਜਾ ਕੇ ਆਪਾਂ ਦਰਸ਼ਨ ਕਰਦੇ ਹਾਂ ਗੁਰੂ ਘਰ ਦੇ ਸਰਸਾ ਨਦੀ 'ਤੇ, ਜਿੱਥੇ ਭਾਈ ਊਧਮ ਸਿੰਘ ਦੇ ਨਾਮ 'ਤੇ ਅਸਥਾਨ ਬਣਿਆ ਹੋਇਆ, ਉੱਥੇ ਗੁਰੂ ਜੀ ਨੇ ਆਸ਼ਾ ਦੀ ਬਾਰ ਕੀਤੀ, ਕਹਿੰਦੇ ਭਾਈ ਅੰਮ੍ਰਿਤ ਵੇਲਾ ਹੋ ਗਿਆ, ਉੱਤੇ ਕਿੰਨਾ ਫੌਜ ਚੜ੍ਹੀ ਹੋਈ ਹੈ। ਫੌਜ ਚੜ੍ਹਨ ਤੋਂ ਬਾਵਜੂਦ ਵੀ ਆਪ ਜੀ ਨੇ ਸੰਗਤ ਨੂੰ ਇਹ ਸਿੱਖਿਆ ਦਿੱਤੀ ਭਈ ਭਾਈ ਆਸ਼ਾ ਦੀ ਵਾਰ ਕਰੋ ਪਹਿਲਾਂ। ਉੱਧਰ ਆਸ਼ਾ ਦੀ ਵਾਰ ਕੀਤੀ, ਕੁਛ ਸਿੰਘਾਂ ਨੇ ਫੌਜ ਰੋਕ ਕੇ ਰੱਖੀ, ਉੱਧਰ ਬਾਅਦ ਦੇ ਵਿੱਚ ਸਰਸਾ ਨਦੀ ਪਾਰ ਕੀਤੀ। ਕਿੱਡਾ ਬੜਾ ਇਹ ਸਿੱਖਿਆ ਦਾ ਕੇਂਦਰ ਹੈ, ਜੇ ਅਸੀਂ ਇਕੱਲਾ ਉਹ ਚੀਜ਼ਾਂ ਵੀ ਲੈਂਦੇ ਹਾਂ ਵੀ ਇਸ ਤਰ੍ਹਾਂ ਯੁੱਧ ਹੋਇਆ, ਸਾਹਿਬਜ਼ਾਦੇ ਸ਼ਹੀਦ ਕੀਤੇ, ਅਸਲੀ ਗੱਲ ਇਹ ਵੀ ਦੱਸੀ ਹੈ ਵੀ ਇੰਨੀ ਕਠਿਨਾਈ ਦੇ ਵਿੱਚ, ਇੰਨੀਆਂ ਕਸਵੱਟੀਆਂ ਦੇ ਵਿੱਚ, ਇੰਨੇ ਦੁੱਖਮਈ ਸਮੇਂ ਦੇ ਵਿੱਚ ਜਿਹੜੇ ਆਪਾਂ ਸੁਣ ਕੇ ਆਪਣੇ ਹਿਰਦੇ ਕੰਬ ਜਾਂਦੇ ਨੇ। ਪਰ ਉਹ ਕਿਹਾ ਜਾ, ਉਹ ਫਿਰ ਉਹਨੂੰ ਆਪਾਂ ਬੰਦਾ ਕਹਾਂਗੇ ਕਿ ਉਹਨੂੰ ਪਾਰ ਬ੍ਰਹਮ ਦਾ ਰੂਪ ਕਹਾਂਗੇ?
ਅਸਲ ਦੇ ਵਿੱਚ ਤਾਂ ਉਹ ਪਾਰ ਬ੍ਰਹਮੀ ਪਰਮਾਤਮਾ ਹੀ ਕਰ ਸਕਦਾ ਇਹੀ ਭਗਤੀ ਦਾ, ਬੰਦਾ ਤਾਂ ਟੋਲ ਜਾਵੇਗਾ। ਤਾਂ ਕਰਕੇ ਸਾਡੀ ਸ਼ਰਧਾ ਇੱਥੇ ਵੀ ਟੁੱਟਦੀ। ਅਸੀਂ ਕਹਿੰਦੇ ਭਾਈ ਉਹ ਤਾਂ ਬੰਦਿਆਂ ਵਰਗੇ ਬੰਦੇ ਸੀ, ਪਰ ਨਹੀਂ, ਉਹ ਪਰਮਾਤਮਾ ਪਾਰ ਬ੍ਰਹਮ ਸੀ ਸਾਕਸ਼ਾਤ ਗੁਰੂ ਨਾਨਕ ਤੋਂ ਲੈ ਕੇ ਦਸੇ ਪਾਤਸ਼ਾਹੀਆਂ। ਅਤੇ ਉਹਨਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ, ਜਦ ਤੁਸੀਂ ਜਾਓਗੇ ਕਦੇ ਸਰਸਾ ਨਦੀ ਜਿੱਥੇ ਪਾਰ ਕੀਤੀ ਹੈ, ਉਹ ਅਸਥਾਨ ਉੱਚੀ ਜਗ੍ਹਾ ਪਹਾੜੀ 'ਤੇ ਬੜਿਆ, ਉੱਥੇ ਭਾਈ ਊਧਮ ਸਿੰਘ ਸ਼ਹੀਦ ਹੋਇਆ, ਕਿਉਂਕਿ ਉਹਦਾ ਜਥਾ ਸ਼ਹੀਦ ਹੋਇਆ ਸੀ ਉੱਥੇ। ਉਹਨਾਂ ਨੇ ਜੰਗ ਲੜੀ, ਜਿਹੜੇ ਫੌਜ ਨੂੰ ਰੋਕ ਕੇ ਰੱਖਿਆ, ਦੂਜਿਆਂ ਨੂੰ ਕਿਹਾ ਵੀ ਸਾਰੇ ਆਪੋ ਆਪਣੀ ਛੇਤੀ ਛੇਤੀ ਸਰਸਾ ਨਦੀ ਪਾਰ ਕਰ ਜਾਓ, ਵੀ ਅਸੀਂ ਇੱਥੇ ਲੜਾਂਗੇ। ਭਾਈ ਊਧਮ ਸਿੰਘ ਉੱਥੇ ਸ਼ਹੀਦੀ ਪਾ ਗਿਆ, ਤਾਂ ਉਹਦੇ ਨਾਮ 'ਤੇ ਉੱਥੇ ਦੀਵਾਨ ਹਾਲ ਬਣਿਆ ਹੋਇਆ ਭਾਈ, ਜਿੱਥੇ ਗੁਰੂ ਦਸਵੇਂ ਪਾਤਸ਼ਾਹ ਉੱਪਰ ਪਹਾੜੀ 'ਤੇ ਬੈਠੇ ਸੀ, ਗੁਰੂ ਘਰ ਉੱਪਰ ਬਣਿਆ, ਬਹੁਤ ਉੱਚੀ ਜਗ੍ਹਾ ਬਣੀ ਹੋਈ ਹੈ, ਚੜ੍ਹ ਕੇ ਜਾਣਾ ਪੈਂਦਾ। ਸੋ ਇਹ ਗੁਰੂ ਜੀ ਨੇ ਸਿੱਖਿਆ ਸਾਨੂੰ ਐਵੇਂ ਨਹੀਂ ਦੇ ਦਿੱਤੀਆਂ ਵੀ ਕੋਈ ਪ੍ਰਿੰਸੀਪਲ ਸੀ, ਕੋਈ ਪ੍ਰੋਫੈਸਰ ਸੀ, ਜਾਂ ਕੋਈ ਸਾਡੇ ਵਰਗੇ ਸੰਤਾਂ ਨੇ ਬਣੇ ਹੋਏ ਡੇਰਿਆਂ 'ਤੇ ਬਾਅਦ 'ਚ ਪੱਗਾਂ ਬਣਾ ਤੀਆਂ, ਉਹੋ ਜਿਹਾ ਕੰਮ ਨਹੀਂ ਸੀ। ਉਹਨਾਂ ਦੇ ਅੰਦਰ ਆਪ ਹੱਥੀਂ ਸਾਰਾ ਕੁਛ ਬਣਾ ਕੇ, ਉਸ ਜਗ੍ਹਾ 'ਤੇ ਬਣਾ ਕੇ ਪਹੁੰਚਾ ਕੇ ਉਹ ਸੰਗਤਾਂ ਨੂੰ ਸੰਬੋਧਨ ਕੀਤਾ ਵੀ ਭਾਈ ਬਈ ਆਹ ਤੁਸੀਂ ਕਰੋਗੇ ਤੁਹਾਡਾ ਜੀਵਨ ਸਫਲਾ ਹੋ ਜਾਵੇਗਾ। ਤਦੇ ਗੁਰੂ ਜੀ ਕਹਿੰਦੇ ਗੁਰ ਕੀ ਮਾਤੂ ਲੈ ਆਨੇ, ਗੁਰੂ ਦੀ ਸ਼ਿਕਸ਼ਾ ਲਓ ਜਿਹਦੇ ਨਾਲ ਸਾਡਾ ਲੋਕ ਅਤੇ ਪ੍ਰਲੋਕ ਸੁਧਰ ਜਾਵੇਗਾ। ਇਹ ਇਸੇ ਤਰ੍ਹਾਂ ਹੀ ਹਜ਼ੂਰ ਪਾਤਸ਼ਾਹ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਸ਼ਰਨ ਦੇ ਵਿੱਚ ਸੰਤ ਮਹਾਰਾਜ ਰਣਜੀਤ ਸਿੰਘ ਜੀ ਬ੍ਰਖ ਜਦੋਂ ਗਏ, ਕਿਉਂਕਿ ਕਰਨੀ ਦੇ ਪੂਰੇ ਸਨ ਮਹਾਂਪੁਰਸ਼, ਉਹਨਾਂ ਦੇ ਦਰਸ਼ਨਾਂ ਨੇ ਖਿੱਚ ਪਾ ਲਈ, ਬਸ ਰਾੜਾ ਸਾਹਿਬ ਰਹਿਣ ਲੱਗੇ, ਰੋਜ਼ ਸਾਈਕਲ 'ਤੇ ਜਾਇਆ ਕਰਨ, ਦਰਸ਼ਨ ਕਰਿਆ ਕਰਨ, ਕਾਫੀ ਲੰਬਾ ਸਮਾਂ ਕਰਦੇ ਰਹੇ ਕਰਦੇ ਕਰਦੇ। ਇਹ ਇਹੋ ਜਿਹਾ ਰਸਤਾ ਸਾਧਸੰਗਤ, ਇਹ ਪਿਆਰ ਘੱਟਦਾ ਨਹੀਂ ਹੁੰਦਾ, ਜਿਹਦੇ ਅੰਦਰੋਂ ਤਾਰਾਂ ਨਾਲ ਨਾ ਜੁੜੀਆਂ ਹੋਣ ਉਹਦਾ ਤਾਂ ਪਿਆਰ ਘੱਟ ਜਾਂਦਾ, ਜਿਹਦਾ ਅੰਦਰੋਂ ਸਿਮਰਨ ਦੇ ਰਾਹੀਂ ਅੰਦਰ ਧਿਆਨ ਲੱਗਦਾ ਜਾਵੇ ਉਹਦਾ ਤਾਂ ਪਿਆਰ ਦਿਨੋਂ ਦਿਨ ਮਤਲਬ ਵੱਧਦਾ ਜਾਂਦਾ। ਉਹਦਾ ਜੇ ਸੌਂਦਾ ਤਾਂ ਵੀ ਇਹ ਲੱਗੇਗਾ ਮੇਰੇ ਕੋਲ ਬੈਠੇ ਨੇ, ਮੇਰੇ ਨਾਲ ਸੁੱਤੇ ਪਏ ਨੇ, ਜਦੋਂ ਜਾਗੇਗਾ ਫਿਰ ਵੀ ਉਹਨੂੰ ਐਂ ਲੱਗੇਗਾ ਮੇਰੇ ਨਾਲ ਹੀ ਬੈਠੇ ਨੇ, ਜਦੋਂ ਖਾਵੇ ਪੀਵੇਗਾ ਤਾਂ ਵੀ ਉਹਨੂੰ ਨਾਲ, ਕਿਉਂਕਿ ਇਹਨੂੰ ਧਿਆਨ ਸ਼ਕਤੀ ਇੰਨੀ ਪ੍ਰਪੱਕ ਹੋ ਜਾਂਦੀ ਹੈ। ਗੁਰੂ ਜੀ ਕਹਿੰਦੇ ਊੜੇ ਊੜ ਆਵੈ ਸੇ ਕੋਸਾ, ਤਿਛ ਪਾਚੇ ਵਚਰ ਛਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਿਮਰਨ ਦੇ ਵਿੱਚ ਬਹੁਤ ਵੱਡੀਆਂ ਤਾਕਤਾਂ ਨੇ, ਪਰ ਅੱਜ ਕੱਲ੍ਹ ਦੇ ਜਿਹੜਾ ਮੀਡੀਆ ਦਾ ਯੁੱਗ ਹੈ ਨਾ, ਇਹਨੇ ਬਹੁਤ ਛੋਟੇ ਥੱਲੇ ਲਿਆਂਦਾ, ਦੂਜਿਆਂ ਦੀ ਸ਼ਰਧਾ ਟੁੱਟ ਜਾਂਦੀ। ਅਗਲਾ ਕਹਿੰਦਾ ਯਾਰ ਆਹੀ ਗੱਲਾਂ ਨੇ ਉਹ ਕਦੇ, ਕਿਉਂਕਿ ਸਾਡੇ ਵੀ ਹੱਥ ਨਹੀਂ ਖੜਦੇ, ਅਸੀਂ ਬਹੁਤ ਜਗ੍ਹਾ ਸੁਣਦੇ ਹਾਂ ਵੀ ਇਹਦਾ ਵੀ ਦੇਖ ਲਈਏ ਮੱਝ ਦਾ ਦੁੱਧ ਕਿੰਨਾ ਕੁ ਹੈ, ਵੀ ਆਹ ਮੱਝ ਦਾ ਵੀ ਦੁੱਧ ਦੇਖ ਲਈਏ ਕਿੰਨਾ ਕੁ ਹੈ। ਉਹ ਜਦ ਸਾਰਿਆਂ ਨੂੰ ਦੇਖਦੇ ਕਿਸੇ ਗੱਲਾਂ 'ਚ ਵੀ ਆ ਜਾਂਦੇ ਹਾਂ, ਆਪਦਾ ਰਸਤਾ ਛੱਡ ਦਿੰਦੇ ਹਾਂ, ਉਹ ਬਨ ਮੈਂ ਬਨਜਾਰ ਨੂੰ ਭੁੱਲ ਗਈ, ਚੱਲੇ ਸੀ ਹੋਰ ਸੌਦੇ ਨੂੰ ਤਾਂ ਭੁੱਲ ਗਏ, ਵਿੱਚ ਕਿਸੇ ਨੂੰ ਢੋਲਕੀਆਂ ਖੜਕਦੀਆਂ ਸੰਗੀਆਂ ਲੱਗਦੀਆਂ ਨੇ, ਕਿਸੇ ਨੂੰ ਆਵਾਜ਼ਾਂ ਹੀ ਚੰਗੀਆਂ ਲੱਗਦੀਆਂ ਨੇ, ਕਿਸੇ ਨੂੰ ਦੂਜੀ ਆਵਾਜ਼ ਚੰਗੀ ਲੱਗਦੀ ਹੈ, ਪਰ ਕੁਆਲਿਟੀ ਜਿਹੜੀ ਸੱਤ ਵਸਤੂ ਹੁੰਦੀ ਹੈ ਉਹ ਕੋਈ ਗੁਰਮੁਖ ਜੀ ਦਾ ਮਨ ਜੁੜੇ ਥੋੜ੍ਹਾ ਬਹੁਤਾ ਉਹ ਗੱਲ ਸਿਆਣਦਾ ਹੁੰਦਾ। ਉਹ ਗੁਰੂ ਜੀ ਕਹਿੰਦੇ ਕੋਟਨ ਮੈਂ ਕਹੂੰ ਨਾਰਾਇਣ ਜੈ, ਉਹ ਕਰੋੜਾਂ ਦੇ ਵਿੱਚੋਂ ਇੱਕ ਅੱਧੇ ਹੁੰਦੇ ਨੇ ਜਿਨ੍ਹਾਂ ਦਾ ਮਾੜਾ ਮੋਟਾ ਮਨ ਪਰਮਾਤਮਾ ਬੰਨੀ ਹੁੰਦਾ, ਨਹੀਂ ਤਾਂ ਪਰਮਾਤਮਾ ਕਹਿੰਦਾ ਮੇਰੇ ਚਾਰ ਕਿਸਮ ਭਗਤ ਨੇ। ਪਹਿਲੇ ਲੋਕ ਤਾਂ ਸੇਵਾ ਕਰਦੇ ਤਾਂ ਵੀ ਕਹਿੰਦੇ ਮੈਨੂੰ ਆਹ ਚੀਜ਼ ਦੇ ਦੇ, ਅਤੇ ਪਹਿਲਾਂ ਸੇਵਾ ਕਰਦੇ ਨੇ, ਕੋਈ ਕਹਿੰਦਾ ਮੈਨੂੰ ਕਨੇਡਾ ਪਹੁੰਚਾ ਦੇ, ਕੋਈ ਕਹਿੰਦਾ ਮੈਨੂੰ ਪੈਸੇ ਦੇ ਦੇ, ਉੱਥੇ ਵਾਲੇ ਕਹੀ ਜਾਂਦੇ ਸਾਨੂੰ ਹੁਣ ਘਰ ਲੈ ਲਈਏ ਕਨੇਡਾ ਵਾਲੇ, ਦੂਜਾ ਕਹਿੰਦਾ ਜੇ ਛੋਟਾ ਘਰ ਆ ਹੁਣ ਵੱਡਾ ਘਰ ਲਾ ਲਾ, ਅੱਧੀਆਂ ਉਮਰਾਂ ਲੱਗ ਜਾਂਦੀਆਂ ਨੇ ਇਹਨਾਂ ਕੰਮਾਂ 'ਚ, ਫਿਰ ਇਦੋਂ ਬਾਅਦ ਦੇ ਵਿੱਚ ਕੰਮ ਚੱਲ ਪੈਂਦਾ। ਜੇ ਸਮਝ ਆ ਗਈ ਵੀ ਦੁਨੀਆਂ ਦੇ ਪਦਾਰਥ ਭੁੱਖੇ ਨੇ ਝੂਠੇ ਨੇ, ਇਹਨਾਂ ਨੇ ਨਾਲ ਨਹੀਂ ਜਾਣਾ,
ਕਿਉਂਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਭ ਕੁਛ ਜੀਵਤ ਕੋ ਵਿਵਹਾਰ। ਜੇ ਤੁਸੀਂ ਜਿਉਂਦੇ ਹੋ ਤਾਂ ਇਹ ਕੋਠੀ ਮਕਾਨ ਮਹੱਲਾ ਹੈਗਾ, ਜੇ ਤੁਸੀਂ ਹੈ ਹੀ ਨਹੀਂ ਫਿਰ ਤਾਂ ਇੱਥੇ ਕੀ ਕਿਹਨੇ ਪੁੱਛਣਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਸਭ ਕੁਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਅਰਸਤਵੰਤਾ ਫੁਨਗ੍ਰਹਿ ਕੀ ਨਾਰ। ਇਹ ਕਹਿੰਦੇ ਜਿਉਂਦਿਆਂ ਕਰਕੇ ਨੇ, ਕਹਿੰਦੇ ਉਦੋਂ ਬਾਅਦ ਜੇ ਸਵਾਸ ਨਿਕਲ ਗਏ ਇਹ ਘੜੀ ਕੋਹ ਨਾ ਰੱਖ ਕੇ ਘਰ ਦੇ ਦੇ ਤਿਕਾਰ ਵੀ ਇੱਕ ਘੜੀ ਨਹੀਂ ਕਹਿੰਦੇ ਰੱਖਦੇ, ਫਿਰ ਕਹਿੰਦੇ ਡਰ ਆਉਂਦਾ ਇਹਨੂੰ ਚੱਕ ਕੇ ਲੈ ਜਾਓ। ਉਹੀ ਬੰਦਾ, ਉਹੀ ਸਾਰਾ ਕੁਛ ਹੈ, ਢਾਂਚਾ ਬਦਲ ਗਿਆ, ਨਿਗਾਹ ਬਦਲ ਗਈ, ਸਾਰੇ ਸੰਬੰਧੀ ਬਦਲ ਗਏ। ਜਦੋਂ ਇਸ ਸਰੀਰ ਦੇ ਵਿੱਚ ਪਰਮਾਤਮਾ ਦੀ ਜੋਤ ਵਰਤਦੀ ਹੈ ਉਹੀ ਸਾਖਤੀ ਸੰਬੰਧੀ ਨਾਲ ਨੇ, ਫਿਰ ਇਹ ਜਿਹੜਾ ਸਾਖਤੀ ਸੰਬੰਧ ਬਣਵਾਇਆ ਕਿਹਨੇ ਹੈ? ਰੱਬ ਨੇ, ਪਰਮਾਤਮਾ ਨੇ। ਜੇ ਤੋੜਦਾ ਉਹ ਕੌਣ ਤੋੜਦਾ? ਕੋਈ ਡਾਕਟਰ ਤੋੜਦਾ ਕਿ ਬੰਦਾ ਤੋੜਦਾ? ਇਹ ਸਾਰਾ ਪਰਮਾਤਮਾ ਨੇ ਕੁਦਰਤ ਦੇ ਸਿਸਟਮ 'ਚ ਪਾਇਆ, ਜਿਹਨੂੰ ਕਹਿੰਦੇ ਕੁਦਰਤ ਦਿਸਾ, ਕੁਦਰਤ ਸੁਣੀਆ, ਕੁਦਰਤ ਭਾਉ ਸੁਖਸਾਰ। ਇਹ ਕੁਦਰਤ ਦੇ ਹਿਸਾਬ ਨਾਲ ਇਹ ਸਾਰਾ ਚੱਲਦਾ। ਇਨਸਾਨ ਜਦੋਂ ਜਨਮ ਲੈਂਦਾ ਉਸ ਵੇਲੇ ਸਮਝ ਲਓ ਇਹਦਾ ਸੂਰਜ ਡੁੱਬਦਾ, ਜਦੋਂ ਇਹਦਾ ਅੰਤ ਸਮਾਂ ਆਉਂਦਾ, ਡੈਥ ਹੁੰਦੀ ਹੈ, ਉਸ ਵੇਲੇ ਸਮਝ ਲਓ ਮੌਤ ਰੂਪੀ ਸੂਰਜ ਇਹਦਾ ਚੜ੍ਹਦਾ, ਦਿਨ ਚੜ੍ਹਦਾ। ਕਿਉਂਕਿ ਗੁਰੂ ਕਹਿੰਦੇ ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਪਿਆ ਉਠ ਚੱਲੈ, ਜਿਉਂ ਜਿਉਂ ਔਧ ਵਿਹਾਣੀ ਹੈ। ਇਹ ਜਦੋਂ ਇਹਦਾ ਸਾਡਾ ਸੂਰਜ ਛਿਪਦਾ, ਜਨਮ ਲੈਂਦੇ ਹਾਂ, ਉਮਰ ਭੋਗਦੇ ਹਾਂ, ਰਾਤਰੀ ਸਾਰੀ ਰਾਤ ਦੇ ਵਿੱਚ ਉਮਰ ਭੋਗ ਕੇ ਜਾ ਕੇ ਜਦੋਂ ਮੌਤ ਰੂਪੀ ਦਿਨ ਚੜ੍ਹਦਾ, ਫਿਰ ਇੱਥੋਂ ਇਹਨੂੰ ਪੁੱਛਿਆ ਜਾਂਦਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਤੁਰ ਸਤਾਵ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ, ਵੀ ਕੀ ਕੀਤਾ ਉਹ ਜਾ ਕੇ ਦੱਸੋ। ਸੋ ਇਸੇ ਤਰ੍ਹਾਂ ਹੀ ਜਿਹੜਾ ਇਹ ਇਨਸਾਨ ਨੇ ਆਪਦੇ ਜੋ ਵੀ ਜੀਵਨ ਬਣਾਉਣਾ, ਆਪਦੇ ਆਪ ਨੂੰ ਧਿਆਨ ਰੱਖਣਾ ਪੈਂਦਾ। ਜੇ ਮੋਟਰਸਾਈਕਲ ਦੇ ਸਟਾਰਟ ਹੋ ਕੇ ਗੱਲਾਂ ਨਹੀਂ ਭੱਜਦਾ, ਉਹਦੀ ਰੇਸ 'ਤੇ ਵੀ ਹੱਥ ਰੱਖਣਾ ਪੈਂਦਾ। ਜੇ ਮੋਟਰਸਾਈਕਲ ਦੇ ਹੱਥ ਰੇਸ ਤੋਂ ਚੱਕ ਲਿਆ, ਮੋਟਰਸਾਈਕਲ ਨੇ ਖੜਦੇ ਨੇ ਖੜੀ ਜਾਣਾ। ਅਤੇ ਇਸੇ ਤਰ੍ਹਾਂ ਹੀ ਇਹ ਹੈ, ਥੋੜ੍ਹਾ ਜਿਹਾ ਧਿਆਨ ਬਣਾ ਕੇ ਰੱਖਣਾ। ਜੇ ਤੁਸੀਂ ਸਿਮਰਨ ਕਰਨਾ, ਬਾਣੀ ਪੜ੍ਹਨੀ ਹੈ, ਗੁਰੂ ਵਾਲੇ ਪਾਸੇ ਚੱਲਣਾ। ਜੇ ਮੋਟਰਸਾਈਕਲ ਦੀ ਰੇਸ ਮੁੰਗੋ ਹੱਥ ਚੱਕਿਆ ਗਿਆ, ਉਹਨੇ ਆਹੋ ਥੋੜ੍ਹਾ ਜਿਹਾ ਟਾਈਮ ਚੱਲੇਗਾ, ਖੜਦਾ ਖੜ ਜਾਵੇਗਾ। ਅਤੇ ਇਸੇ ਤਰ੍ਹਾਂ ਮਹਾਂਪੁਰਖਾਂ ਨੇ ਉਹਨਾਂ ਦੇ ਹਜ਼ੂਰ ਪਾਤਸ਼ਾਹ ਰਾਣਾ ਸਾਹਿਬ ਵਾਲਿਆਂ ਦੇ ਜਾ ਕੇ ਸ਼ਰਨ ਵਿੱਚ ਉਪਦੇਸ਼ ਲਿਆ, ਉਪਦੇਸ਼ ਲੈ ਕੇ ਉਹਦੀ ਕਮਾਈ ਕੀਤੀ, ਬੇਅੰਤ ਆਪਦਾ ਉਹੀ ਜੀ ਮਿਹਨਤ ਕੀਤੀ ਜਿਹਦੀ ਗੁਰਬਾਣੀ ਕਹਿੰਦੀ ਹੈ, ਗੁਰਾਂ ਪਿਰਾਂ ਕੀ ਚਾਕਰੀ ਮਹਾਂਕਰਨੀ ਸੁਖਸਾਰ, ਨਜ਼ਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵਾ ਲੱਗਿਆ ਭਵ ਜਲ ਤਰੀਏ ਸੰਸਾਰ। ਉਹੀ ਜੀ ਜਿਹੜੀ ਮਹਾਂਕਰਣੀ ਜਿਹੜੀ ਸੇਵਾ, ਉਹੀ ਜੀ ਸੇਵਾ ਕੀਤੀ। ਭਵ ਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਭਵ ਜਲ ਤਰ ਜਾਈਂਦਾ ਸਤਿਗੁਰ ਦੀ ਸੇਵਾ ਕਰਕੇ, ਸੇਵਾ ਕਰਕੇ
ਕਰਕੇ ਮਹਾਂਪੁਰਸ਼ ਰਾੜਾ ਸਾਹਿਬ ਵਾਲਿਆਂ ਦੀ ਸ਼ਰਨ ਵਿੱਚ ਗਏ। ਦੋਨੇ ਮਹਾਂਪੁਰਸ਼ਾਂ ਦੀ ਖੁਸ਼ੀ ਪ੍ਰਾਪਤ ਕੀਤੀ। ਸੰਤ ਮਹਾਰਾਜ ਕਿਸ਼ਨ ਸਿੰਘ ਜੀ ਆਪ ਜੀ ਨੂੰ ਬੜਾ ਪਿਆਰ ਕਰਦੇ, ਬੇਅੰਤ ਬਚਨ ਦੱਸਦੇ। ਕਹਿੰਦੇ ਭਾਈ, ਤਿਆਗ ਨੂੰ ਫਲ ਕਿਵੇਂ ਲੱਗਦਾ ਹੁੰਦਾ? ਤਿਆਗੀ ਪੁਰਸ਼ ਕਿਰਾਂ ਬਣੇ ਸਹੀ, ਬਾਅਦ ਦੇ ਵਿੱਚ ਤਾਂ ਸਾਰੇ ਸੰਸਾਰ ਦੀਆਂ ਵਸਤੂਆਂ ਪਿੱਛੇ ਲੱਗ ਦੁੱਦੀਆਂ ਨੇ। ਤਾਂ ਕਰਕੇ ਤਿਆਗ ਨਾਲ ਜਿਹਦੀ ਬੰਦਗੀ ਕਰ ਲਵੋਗੇ ਉਹਦਾ ਰਸ ਅਲੱਗ ਹੀ ਰਹੇਗਾ। ਉਹਨਾਂ ਨੇ ਸ਼ੁਰੂ ਕਰਾਇਆ ਇਹਨਾਂ ਤੋਂ ਇੱਕ ਦਰਖਤ ਤੋਂ ਜੀਵਨ ਥੱਲੇ, ਦਰਖਤ ਦੇ ਥੱਲੇ ਰਹਿਣਾ ਪਹਿਲਾਂ ਸ਼ੁਰੂ ਕਰ ਦਿੱਤਾ। ਉੱਥੇ ਕਾਫੀ ਸਮਾਂ ਰਹੇ, ਕੋਈ ਚੀਜ਼ ਕੋਲ ਨਹੀਂ ਹੈ ਅਤੇ ਬੋਰੀ ਚੀਨੀ ਵਾਲੀ ਕੋਲ ਹੈ ਖਾਲੀ, ਉਹਦੇ ਨਾਲ ਜੇ ਠੰਡ ਲੱਗਦੀ ਹੈ ਕਦੇ ਫੂਸ ਆਪਣੇ ਸਰੀਰ ਦੇ ਨਾਲ ਲਾ ਲੈਂਦੇ ਨੇ, ਫੂਸ ਰੱਖਦੇ ਨੇ ਕੋਲ, ਕੋਈ ਕੱਪੜਾ ਨਹੀਂ, ਲੀੜਾ ਨਹੀਂ, ਕੋਈ ਉਹੀ ਜਿਹੀ ਹਾਲਤ ਵਿੱਚ ਕੋਈ ਬੰਦਾ ਕੋਲ ਰਹਿਣਾ ਨਹੀਂ ਹੁੰਦਾ। ਅਤੇ ਇਹੋ ਜਿਹੀ ਕਠਿਨ ਤਪੱਸਿਆ ਕਰਦੇ ਕਰਦੇ ਆਸਤੇ ਆਸਤੇ ਖੱਡਾ ਪੱਟਿਆ, ਖੱਡਾ ਪੱਟ ਕੇ ਉਹਦੇ ਉੱਤੇ ਪਿੱਪਲ ਦੇ ਡਾਹਣੇ ਰੱਖ ਕੇ ਫਿਰ ਉਹ ਝੋਂਪੜੀ ਮੰਗੋ ਬਣਾ ਲਿਆ, ਉਹਦੇ ਵਿੱਚ ਬੈਠ ਜਾਇਆ ਕਰਨ। ਅਤੇ ਇਸੇ ਤਰ੍ਹਾਂ ਹੀ ਆ ਬਾਪਲੇ ਤੋਂ ਸੰਗਤ ਆਈ ਹੈ, ਇਹਨਾਂ ਨੂੰ ਸਾਰਾ ਪਤਾ ਇਸ ਚੀਜ਼ ਦਾ। ਫਿਰ ਉਦੋਂ ਬਾਅਦ ਦੇ ਵਿੱਚ ਕੁਛ ਸਮਾਂ ਆਇਆ, ਕਾਫੀ ਸਮਾਂ 2-3 ਸਾਲ ਬਤੀਤ ਹੋ ਗਏ, ਜਿਹਨੇ ਕਿਸੇ ਨੇ ਪ੍ਰਸ਼ਾਦਾ ਛਕਾਉਣਾ ਹੈ, ਇੱਕ ਬਾਹਰ ਕਿੱਕਰ ਦੀ ਹੁੰਦੀ, ਕਿੱਕਰ ਦੇ ਉੱਤੇ ਬੰਨ ਦਿੰਦੇ, ਆਪ ਜੀ ਨੇ ਜੇ ਲੋੜ ਹੁੰਦਾ ਅੱਧਾ ਪ੍ਰਸ਼ਾਦਾ 8 ਪਹਿਰਾਂ ਬਾਅਦ ਛਕਦੇ ਹੁੰਦੇ। ਅਤੇ ਉੱਥੇ ਛੱਕ ਕੇ ਫਿਰ ਆਪ ਜੀ ਅੰਦਰ, ਉੱਥੇ ਹੀ ਗਰਮੀ ਹੋਵੇ ਸਰਦੀ ਹੋਵੇ, 3 ਸਾਲ ਲਗਾਤਾਰ ਸਰੀਰ ਬਿਮਾਰ ਕਿਰਸ ਹੋ ਗਿਆ। ਸੰਤ ਮਹਾਰਾਜ ਰਾੜੇ ਸਾਹਿਬ ਵਾਲਿਆਂ ਨੇ ਬਾਬਾ ਨਰਾਇਣ ਸਿੰਘ ਜੀ ਨੂੰ ਹੁਕਮ ਕੀਤਾ, ਜਦੋਂ ਰਾੜਾ ਸਾਹਿਬ ਵੀ ਪਹਿਲੇ ਸ਼੍ਰੀਮਾਨ ਸਨ ਅਤੇ ਆਪਣੇ ਦਵਲਾਨ ਜਾ ਕੇ ਵੀ ਪਹਿਲੇ ਸ਼੍ਰੀਮਾਨ ਉਹੀ ਰਹੇ, ਫਿਰ ਬਾਬਾ ਜਿਹੜੇ ਨਰਾਇਣ ਸਿੰਘ ਜੀ ਆਪਣੇ ਕਣਕ ਸਾਹਿਬ ਪਿੰਡ ਹੈ ਉਹਨਾਂ ਦਾ, ਉਹਨਾਂ ਦੇ ਭਤੀਜਾ ਹੁਣ ਵੀ ਸਾਡੇ ਕੋਲ ਆਉਂਦਾ ਬਾਬਾ ਗਿਆਨ ਸਿੰਘ ਜੀ, ਉਹਨਾਂ ਦੀ ਸਾਰੀ ਫੈਮਿਲੀ ਇੱਥੇ ਰਹਿੰਦੇ ਨੇ। ਅਤੇ ਉਹਨਾਂ ਨੇ ਬਾਬਾ ਨਰਾਇਣ ਸਿੰਘ ਜੀ ਨੂੰ ਭੇਜਿਆ, ਭਾਈ ਇਹਨੂੰ ਸ਼ੌਂਕ ਬਹੁਤ ਹੈ ਭਗਤੀ ਕਰਨ ਦਾ, ਕਿਉਂਕਿ ਇਹਦੇ ਕੋਲ ਬੰਦਾ ਜ਼ਰੂਰੀ ਚਾਹੀਦਾ, ਇਹਦਾ ਖਾਂਦਾ ਪੀਂਦਾ ਵੀ ਨਹੀਂ, ਨਾ ਸੌਂਦਾ। ਮਹਾਂਪੁਰਸ਼ ਉਸ ਵੇਲੇ ਦੱਸਦੇ, ਕਹਿੰਦੇ ਮੇਰੀ 35 ਮਿੰਟ ਦੀ ਨੀਂਦ ਰਹਿ ਗਈ ਸੀ, ਕੁੱਲ 35 ਮਿੰਟ ਸੋਇਆ ਕਰਾਂ ਅਤੇ ਉੱਠ ਕੇ ਫਿਰ ਪਾਠ ਦੇ ਵਿੱਚ ਲੱਗ ਜਾਇਆ ਕਰਾਂ, ਇੰਨੀ ਤੀਬਰ ਇੱਛਾ। ਕਿਉਂਕਿ ਜਿਹੜੇ ਨਾਮ ਦੇ ਰਸੀਏ ਹੁੰਦੇ ਨੇ, ਬਾਬਾ ਭਗਤ ਕਬੀਰ ਤਦੇ ਹੀ ਕਹਿ ਨਾ, ਕਬੀਰ ਜੈ ਜੈ ਹਉ ਫਿਰਿਓ, ਕੌਤਕ ਠੌਰ ਠਾਏ ਇੱਕ ਰਾਮ ਸੁਨੇਹੀ ਬਾਹਰਾ ਉੱਜੜ ਮੇਰੇ ਪਾਏ। ਕਹਿੰਦੇ ਜਿੱਥੇ ਉਹਨੂੰ ਰਾਮ ਦਾ ਕੋਈ ਰਸੀਆ ਨਾ ਮਿਲੇ ਜਾਂ ਨਾਮ ਵਿਸਰਦਾ ਹੋਵੇ ਤਾਂ ਉਸ ਵੇਲੇ ਉਹਨੂੰ ਐਂ ਲੱਗਦਾ ਵੀ ਦੁਨੀਆਂ ਦੇ ਵਿੱਚ ਕੋਈ ਹੈ ਹੀ ਨਹੀਂ, ਉਹਨੂੰ ਸਹਾਰਾ ਹੀ ਨਹੀਂ ਕੋਈ ਲੱਗਦਾ। ਤਾਂ ਕਰਕੇ ਉਹਨਾਂ ਦੀ ਬਾਤ ਭਗਤ ਕਬੀਰ ਜੀ ਇਉਂ ਫਰਮਾਨ ਕਰਦੇ ਨੇ, ਨਾ ਜੀਵੇ ਕੋਈ ਰਾਮ ਦਾ Thank you.
ਕਰਕੇ ਮਹਾਂਪੁਰਸ਼ਾਂ ਨੇ ਬੇਅੰਤ ਕਮਾਈ ਕੀਤੀ। ਉਹ ਕਮਾਈ ਦੇ ਨਾਲ ਬੇਅੰਤ ਉਹਨਾਂ ਦੇ ਜਿਹੜੇ ਮੁਰੀਦ ਭਗਤ, ਇਹ ਨਹੀਂ ਹੁੰਦਾ ਵੀ ਸੰਤ ਆਪਦੇ ਮਗਰ ਲਾਉਂਦੇ ਨੇ। ਜਿੱਥੋਂ ਕਿਸੇ ਨੂੰ ਕੋਈ ਪੜ੍ਹਾਈ ਮਿਲਦੀ ਹੈ, ਸਕੂਲ ਪ੍ਰਿੰਸੀਪਲ ਨਹੀਂ ਮਗਰ ਲਾਉਂਦਾ ਹੁੰਦਾ, ਉਹ ਵਿੱਦਿਆ ਲੈਣ ਲੋਕ ਜਾਂਦੇ ਹੁੰਦੇ ਨੇ। ਕਈਆਂ ਦੇ ਭੁਲੇਖਾ ਇਹੀ ਰਹਿੰਦਾ ਹੈ ਵੀ ਖਾਲੀ ਸੰਤ ਆਪਦੇ ਮਗਰ ਲਾਉਂਦੇ। ਉਹਦਾ ਜਿਹੜਾ ਬੰਦਾ ਚੰਗੀ ਸਿੱਖਿਆ ਦਿੰਦਾ, ਉਹਦੇ ਤੁਹਾਡਾ ਭਾਵੇਂ ਦਾਦਾ ਹੋਵੇ ਭਾਵੇਂ ਪੜਦਾਦਾ ਹੋਵੇ, ਤੁਸੀਂ ਵੀ ਬਹੁਤ ਸਿਫਤਾਂ ਕਰਦੇ ਹੋ। ਮੇਰੇ ਦਾਦਾ ਜੀ ਐਂ ਕਹਿੰਦੇ ਹੁੰਦੇ ਸੀ। ਆਹੀ ਚੀਜ਼ ਇੱਧਰ ਹੈ, ਜਿਹੜਾ ਇਨਸਾਨ ਸੁੱਖ ਸ਼ੁਭ ਸਿੱਖਿਆ ਗੁਰੂ ਦੇ ਲੜ ਲਾਉਂਦਾ, ਸੇ ਗੁਰੂਆਂ ਦੇ ਜੀਵਨ ਵਿਚਾਰ ਕਰਕੇ ਵਿਚਾਰਧਾਰਾ ਸੁਣਾ ਕੇ ਆਪਾਂ ਨੂੰ ਸੁੱਤਿਆਂ ਨੂੰ ਜਗਾਉਂਦੇ ਨੇ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਵੀ ਉੱਠ ਕੇ ਨਾ ਪਰਮਾਤਮਾ ਦਾ ਨਾਮ ਜਪਣਾ। ਪ੍ਰੇਰਨਾ ਤਾਂ ਹਰੇਕ ਨੂੰ ਹੀ ਪੈਂਦਾ। ਕਈ ਬੰਦੇ ਕਹਿਣਗੇ ਜੇ ਕਰਮਾਂ 'ਚ ਹੋਵੇਗਾ, ਕਰਮਾਂ 'ਚ ਤੁਸੀਂ ਆਪਦੇ ਜਵਾਕਾਂ ਨੂੰ ਕਿਉਂ ਕੁੱਟਦੇ ਹੋ ਵੀ ਭਾਈ ਜੇ ਨਹੀਂ ਪੜ੍ਹਦੇ। ਕਈ ਕੰਮ ਘੂਰ ਕੇ ਵੀ ਕਰਾਉਣੇ ਪੈਂਦੇ ਨੇ, ਕਈ ਪ੍ਰੇਮ ਨਾਲ ਵੀ ਕਰਾਉਣੇ ਪੈਂਦੇ ਨੇ। ਕਰਮਾਂ 'ਚ ਬਣਾਉਣਾ ਪੈਂਦਾ, ਕਰਮ ਆਪ ਨਹੀਂ ਰੱਬ ਲਿਖ ਕੇ ਜਿਹੜੇ ਲਿਖੇ ਹੁੰਦੇ ਨੇ, ਉਹਦੇ 'ਚ ਵੀ ਉੱਦਮ ਲਿਖਿਆ ਵੀ ਉੱਦਮ ਕਰੋਗੇ ਤਾਂ ਉਹ ਚੀਜ਼ ਨੂੰ ਪ੍ਰਾਪਤ ਹੋਵੇਗਾ। ਆਪਾਂ ਰੋਟੀ ਪਿੱਛੇ ਉੱਦਮ ਹੀ ਕਰਦੇ ਹਾਂ, ਦਿਲ ਸਵੇਰ ਤੋਂ ਨਿਕਲਦੇ ਹੱਥ ਨੇ ਵੱਢਦੇ ਹਾਂ, ਇਹ ਸਭ ਰੋਟੀ ਹੈ ਆਪੋ ਆਪਣੇ ਉੱਦਮ। ਐਵੇਂ ਜੇ ਪਰਮਾਤਮਾ ਦਾ ਨਾਮ ਇਹ ਕਦੇ ਭੁੱਲ ਕੇ ਨਾ ਕਹੋ ਵੀ ਜੇ ਪਰਮਾਤਮਾ ਦੀ ਕਿਰਪਾ ਹੋਊਗੀ ਤਾਂ ਕਰਾਏਗਾ। ਤੁਸੀਂ ਉਹ ਕਹੋ ਮੈਂ ਆਪਦੇ ਬੰਨਿਓ ਪਿਆਰ ਅਦਾ ਕਰਨਾ, ਵਾਹਿਗੁਰੂ ਮੈਨੂੰ ਕਦੇ ਨਜ਼ਰ 'ਚ ਲਵੇਗਾ, ਮੈਂ ਆਪਦੇ ਬੰਨਿਓ ਪਿਆਰ ਅਦਾ ਕਰਨਾ, ਭਾਵੇਂ ਮੈਂ ਅਗਰਬੱਤੀ ਉਹ ਕਰਦਾ। ਉਹ ਬੜੇ ਪਿਆਰ ਨਾਲ ਅਗਰਬੱਤੀ ਕਰੋ, ਜਿਹੜਾ ਐਂ ਲੱਗੇ ਵੀ ਮੈਂ ਤਾਂ ਉਹਦੇ ਚਰਨਾਂ ਤੱਕ ਮੇਰੀ ਸੁਗੰਧ ਪਹੁੰਚ ਜਾਵੇ। ਜੇ ਅਸੀਂ ਆਪ ਪਿਆਰ ਕਰਾਂਗੇ, ਦੂਸਰਾ ਤਾਂ ਕਰੇਗਾ। ਇਹ ਵੀ ਪਰਮਾਤਮਾ ਦਾ ਵੀ ਸੁਭਾਅ ਇਹੀ ਹੈ। ਸੋ ਆਓ, ਸੋ ਇਸ ਪਰਿਵਾਰ ਨੇ, ਮਠਾੜੂ ਪਰਿਵਾਰ, ਸਰਦਾਰ ਮਨਜੀਤ ਸਿੰਘ ਉਹਨਾਂ ਨੇ ਬੇਅੰਤ ਸੇਵਾ ਕੀਤੀ ਹੈ। ਯੂਪੀ ਵਿੱਚ ਵੀ ਮਹਾਂਪੁਰਖਾਂ ਨੂੰ ਇਹੀ ਲੈ ਕੇ ਗਏ, ਫਿਰ ਇਸ ਜਗ੍ਹਾ 'ਤੇ ਵੀ ਜਦੋਂ ਆਏ, ਭਾਵੇਂ ਪਹਿਲਾਂ ਕੈਂਪਾ ਗੋਲਾ ਚੌਂਕ ਦੇ ਵਿੱਚ ਉੱਧਰ ਦੀਵਾਨ ਲੱਗਦੇ ਰਹੇ, ਫਿਰ ਇੱਧਰ ਮੰਡੀ ਵਿੱਚ ਵੀ ਲੱਗਦੇ ਰਹੇ, ਇੱਧਰ ਅੱਗੇ ਗਰਾਊਂਡ ਹੈ ਉਹਦੇ ਵਿੱਚ ਵੀ ਕਾਫੀ, ਜਿੰਨਾ ਭਾਵੇਂ ਇਹ ਯੂਪੀ 'ਚ ਰਹੇ ਭਾਵੇਂ ਇੱਥੇ, ਹਰ ਵਕਤ ਜਿਹੜਾ ਮੇਨ ਗੁਰਸਿੱਖਾਂ ਦਾ ਬਣਦਾ ਆਪਦਾ ਦਸਵੰਧ ਕੱਢ ਕੇ ਥੋੜ੍ਹਾ ਬਹੁਤਾ ਨੱਜ ਰਹੇ। ਆਪ ਤਾਂ ਆਪਾਂ ਤਾਂ ਜੁੜੇ ਹਾਂ, ਦੂਸਰਿਆਂ ਨੂੰ ਵੀ ਜੋੜਨਾ, ਜਿਹਦੇ ਨਾਲ ਆਪਦਾ ਵੀ ਭਲਾ ਦੂਸਰਿਆਂ ਨੂੰ ਇਹ ਵੀ ਦਸਵੰਧ ਹੁੰਦਾ। ਜੇ ਅਸੀਂ ਇੱਕ ਬੰਦਾ ਜੁੜਿਆ, ਦਸ ਨਾਮ ਵਾਲੇ ਜੋੜ ਦਿੱਤੇ, ਦਸ 15 ਮੀਨ ਆਪਦੀ ਜ਼ਿੰਦਗੀ 'ਚ ਨਾਮ ਜਪਣ ਲੱਗ ਗਏ, ਤਾਂ ਜਿਹੜੇ ਉਹ ਦਸ ਨੇ ਹੋਰ ਉਹਨੂੰ ਜੋੜਨ, ਦਸ ਵੀ ਨਾਮ ਜਪਣ ਲੱਗ ਗਏ, ਤਾਂ ਉਹ ਸਮਝ ਲਓ ਇਹ ਸਾਡਾ ਸਾਰੀ ਜ਼ਿੰਦਗੀ ਦਾ ਭਲਾ ਹੋ ਜਾਂਦਾ। ਇੱਕ ਜੁੜੇ ਤੋੜਨ ਦਾ ਵੀ ਪਾਪ ਹੈ, ਜੋੜਨ ਦਾ ਪੁੰਨ ਹੈ। ਤਦੇ ਗੁਰੂ ਜੀ ਕਹਿੰਦੇ ਭਾਈ ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲਿਖ, ਇਹੋ ਜਿਹੇ ਜਿਹੜੇ ਕਾਲੇ ਲੇਖ ਨੇ ਉਹ ਨਾ ਲਿਖ, ਵੀ ਲੰਗਰ 'ਚ ਜਾ ਕੇ ਚਾਹ ਆਪਦੀ ਬਣਾਈ ਜਾਵੇ, ਦੂਜੇ ਤੋਂ ਪੁੱਛੇ ਨਾ ਜਿਹੜੇ ਦਸ ਖੜੇ ਨੇ, ਅਤੇ ਉਹ ਇਹ ਕੰਮ ਨਹੀਂ ਕਰਨੇ ਲੰਗਰ 'ਚ ਵਰਤਾਵੇ ਖੜੇ ਨੇ। ਤੁਸੀਂ ਕਹੋ ਮੈਂ ਆਪ, ਇਹ ਹਉਮੈ ਦੇ ਕੰਮ ਨੇ ਵੀ ਮੈਨੂੰ ਕਿਹੇਗਾ ਕਿਹੜਾ, ਅਤੇ ਇਹੋ ਜਿਹੇ ਕੰਮ ਨਹੀਂ ਕਰਨਾ। ਅਸੀਂ ਗੁਰੂ ਨਾਨਕ ਦਾ ਪ੍ਰਸ਼ਾਦ ਲੈਣਾ, ਘਰਾਂ ਵਿੱਚ ਮਹਾਰਾਜ ਬਰਕਤ ਪਾਉਂਦਾ, ਸਾਡੇ ਘਰਾਂ ਵਿੱਚ ਬੇਅੰਤ ਪਦਾਰਥ ਨੇ, ਪਰ ਉਹ ਗੁਰੂ ਨਾਨਕ ਦੇ ਜਿੰਨੇ ਪ੍ਰਸ਼ਾਦ ਦੀ ਅਦਬ ਕਰੋਗੇ, ਤੁਹਾਡੇ ਮਨ ਦੀ ਨਿਮਰਤਾ ਵਧੇਗੀ। ਨਿਮਰਤਾ ਵਧਣ ਲਈ ਇਹੀ ਬਾਣੀ ਦੇ ਵਿੱਚ ਜੁੜੇਗਾ, ਇਹੀ ਸਿਮਰਨ ਵਿੱਚ ਜੁੜੇਗਾ। ਜੇ ਸਾਡੇ ਅਕਲ ਲਤੀਫ, ਕਾਲੇ ਲੇਖ ਜਿਹੜੇ ਨੇ ਉਹਨਾਂ ਤੋਂ ਬਚੋ। ਕਾਲੇ ਲੇਖ ਕਈ ਕਿਸਮ ਦਾ ਲਿਖੇ ਜਾਂਦੇ ਨੇ, ਕਈਆਂ ਨੂੰ ਮਾੜਾ ਬੋਲਣਾ ਉਹ ਵੀ ਕਾਲੇ ਲੇਖ ਹੀ ਨੇ। ਚੰਗੇ ਬੋਲਾਂ ਨਾਲ ਕੋਈ ਗੱਲ ਹੋ ਜਾਂਦੀ ਹੈ, ਮਾੜੇ ਬੋਲ ਮਿਟਦੇ ਨਹੀਂ ਹੁੰਦੇ, ਅਤੇ ਇਹ ਸਾਰੇ ਤਾਂ ਕਰਕੇ ਬਾਬਾ ਫਰੀਦ ਕਹਿੰਦਾ ਕਾਲੇ ਲੇਖ ਨਾ ਲਿਖ, ਆਪਣੇ ਗਿਰਵਾਨ ਮੇਂ
ਆਪਦੇ ਕਹਿੰਦੇ ਆਪਦੇ ਆਪ ਨੂੰ ਆਪਦੇ ਘਰ ਨੂੰ ਸਿਰ ਨੀਵਾਂ ਕਰ ਦੇਖ ਵੀ ਆਪਦੇ ਆਪਾਂ ਸਿਰ ਨੀਵਾਂ ਕਰਕੇ ਆਪਦੇ ਔਗਣ ਦੇਖਾਂਗੇ ਤਾਂ ਅਸੀਂ ਔਗਣ ਦੇਖਦੇ ਦੇਖਦੇ ਆਪ ਦੂਜਿਆਂ ਨੂੰ ਸਰਮ ਚੰਗਾ ਸਮਝਾਂਗੇ ਆਪ ਔਗਣਾਂ ਵਾਲੇ ਹਾਂ ਤਾਂ ਗੁਰੂ ਕਿਰਪਾ ਕਰ ਦੇਗਾ ਹਮ ਮੈਲੇ ਤੂੰ ਓਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਵ ਕਲਾ ਕਾ ਗਿਆਤਾ ਜਿਹਦੀ ਵਾਪਤੀਓਂ ਫਰਮਾਨ ਆਉਂਦਾ ਹੈ ਹਾਂ ਮੂਰਖ ਤੁਮ ਚਤੁਰ ਸਿਆਣੇ 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 ਸਾਰੇ ਹੀ ਆਨੰਦ ਸਾਹਿਬ ਦੇ ਪਾਠ ਜੁੜੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਆਪਾਂ ਨੂੰ ਸਾਰਿਆਂ ਨੂੰ ਇੰਨਾ ਕੁ ਸਮਾਂ ਬਖਸ਼ਿਆ ਹੈ ਹਾਜ਼ਰੀ ਲਾਉਣ ਦਾ ਸੋ ਮੌਸਮ ਵੀ ਭਾਵੇਂ ਬਰਸਾਤ ਦੀ ਸੀ ਕੱਲ੍ਹ ਇਹਨਾਂ ਦੇ ਗੁਰਵਿੰਦਰ ਸਿੰਘ ਉਹਨਾਂ ਦੇ ਮਨ ਦੇ ਵਿੱਚ ਇਹ ਸੀ ਵੀ ਪਤਾ ਨਹੀਂ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਚਲੋ ਮਹਾਂਪੁਰਸ਼ਾਂ ਦੇ ਅਸਥਾਨ 'ਤੇ ਕਿਉਂਕਿ ਉਹਨਾਂ ਨੇ ਸਰੀਰ ਇਸ ਜਗ੍ਹਾ 'ਤੇ ਛੱਡਿਆ ਸੀ 6 ਤੇ 7 ਦਸੰਬਰ ਦੀ ਰਾਤ ਨੂੰ ਆਪ ਜੀ ਨੇ ਵਚਨ ਕੀਤਾ ਸੀ ਆ ਕੇ ਕਹਿੰਦੇ ਭਾਈ ਅੱਜ ਮੈਂ ਬੁੜਾ ਹੋ ਗਿਆ ਪਹਿਲਾਂ ਨਹੀਂ ਉਹਨਾਂ ਨੇ ਕਦੇ ਕਿਹਾ ਮੈਂ ਬੁੜਾ ਹੋ ਗਿਆ ਉੱਦਣ ਆਉਣ ਸਾਰ ਪੌੜੀਆਂ ਚੜ੍ਹੇ ਉੱਪਰ ਜਾ ਕੇ ਮੰਜੇ 'ਤੇ ਬਹਿ ਗਏ ਕਹਿੰਦੇ ਮੈਂ ਅੱਜ ਬੁੜਾ ਹੋ ਗਿਆ ਅਤੇ ਉਸ ਤੋਂ ਬਾਅਦ ਫਿਰ ਹੁਕਮ ਕੀਤਾ ਕਹਿੰਦੇ ਜਿੰਨੇ ਵੀ ਸੰਗਤ ਹੈ ਜੇ ਨਾਮ ਜਪੋ ਸਾਰੀ ਰਾਤ ਆਪਾਂ ਸੌਣਾ ਨਹੀਂ ਹੈ ਸਵੇਰੇ ਉਹਨਾਂ ਨੇ 1:30 ਵਜੇ ਤੋਂ ਬਾਅਦ ਟਾਈਮ ਪੁੱਛਣਾ ਸ਼ੁਰੂ ਕਰ ਦਿੱਤਾ ਪ੍ਰੇਮੀਓ ਟਾਈਮ ਕੀ ਹੋਇਆ 1:30 ਵਜੇ ਜੀ ਫਿਰ ਉਹਨਾਂ ਨੇ ਦੁਬਾਰਾ ਫਿਰ ਪੁੱਛਿਆ 2:00 'ਚ 10 ਮਿੰਟ ਰਹੇ
ਫਿਰ ਉਹ ਕਹਿੰਦੇ ਭਾਈ ਮੈਂ ਕਿਰਿਆ ਕਰਕੇ ਆਉਣੀ ਹੈ, ਮੈਂ ਸੰਗਤ ਨੂੰ ਜਿਹੜੇ ਚਾਰ ਪੰਜ ਸਰੀਰ ਸੀ ਉਹਨਾਂ ਨੂੰ ਕੋਲ ਬੁਲਾਇਆ। ਉਸ ਤੋਂ ਬਾਅਦ ਆਪ ਜੀ ਨੇ ਉੱਥੇ ਚੌਂਕੜਾ ਮਾਰ ਕੇ ਜਿਹੜੇ ਸੰਤ ਮਹਾਰਾਜ ਦੇ ਸਰੂਪ ਕੰਨੀ ਦੇਖ ਕੇ ਇੱਕਦਮ ਆਪਣਾ ਸਰੀਰ ਪੂਰਾ ਭਰ ਕੇ ਮੂੰਹ ਨੂੰ ਪੂਰਾ ਫੋਲਾ ਕੇ ਸਵਾਸ ਜਿਹੜੇ ਲੈ ਇੱਕ ਸਾਹ ਦੇ ਵਿੱਚ ਹੀ ਸਰੀਰ ਤਿਆਗ ਗਿਆ ਬੈਠ ਕੇ। ਸੋ ਇਸ ਅਸਥਾਨ 'ਤੇ ਜਿਹੜੀ ਉਹਨਾਂ ਦੇ ਨਾਮ ਲੇਵਾ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ, ਉਹ ਸਾਰੀ ਸੰਗਤ ਦੀ ਇੱਛਾ ਹੁੰਦੀ ਹੈ ਵੀ ਨਮਸਕਾਰ ਕਰੇ। ਜੇ ਵੈਸੇ ਤਾਂ ਯੂਪੀ ਦੀ ਸੰਗਤ ਬੇਅੰਤ ਨਮਸਕਾਰ ਕਰਕੇ ਚਲੀ ਗਈ, ਕਿਉਂਕਿ ਪੰਜ ਗ੍ਰਹੀ ਅਸਥਾਨ ਉਹ 7 ਤਰੀਕ ਨੂੰ ਭੋਗ ਪੈਂਦਾ, ਕਈ 40 ਦਿਨ ਸਿਮਰਨ ਹੁੰਦਾ। ਸੋ ਇਸੇ ਤਰ੍ਹਾਂ ਹੀ ਇਹ ਆਪ ਨੇ ਸਾਰਿਆਂ ਨੇ ਪ੍ਰੇਮ ਨਾਲ ਹਾਜ਼ਰੀ ਭਰੀ ਹੈ। ਸੋ ਇਹਨਾਂ ਦੀ ਇੱਛਾ ਸੀ ਚਲੋ ਮਹਾਰਾਜ ਨੇ ਸਮਾਂ ਬਖਸ਼ਤਾ ਆਪਾਂ ਨੂੰ, ਹੁਣ ਸਾਰਿਆਂ ਨੇ ਅਨੰਦ ਸਾਹਿਬ ਦਾ ਪਾਠ ਕਰਕੇ ਉਹਦੇ ਨਾਲ ਹੀ ਅਰਦਾਸ ਹੁਕਮਨਾਮਾ ਦੇਗ ਵਰਤੇ ਗਏ, ਗੁਰੂ ਮਹਾਰਾਜ ਨੂੰ ਵਧਾਈ ਦੇ ਕੇ ਫਿਰ ਆਪਾਂ ਨੇ ਲੰਗਰ ਪਾਣੀ ਛੱਕ ਕੇ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਆਓ ਸਾਰੇ ਜਣੇ ਅਨੰਦ ਸਾਹਿਬ ਦੇ ਪਾਠ 'ਚ। ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਮੈਂ ਪਾਇਆ ਰਾਜ ਰਤਨ ਪਰਵਾਰ ਭਰਿਆ ਸ਼ਬਦਾ ਬਣਿਆ ਸ਼ਬਦਾ ਦਾ ਹਾਰੀ ਚੰਗਾ ਸਾਰੇ